बहुत तकड़ा जड़ा कोई मुकाबला भी थोड़े करे हाँ जी पे हाँ सी। जी सस का भतीजा ही ते ओ अंदर भाजी गया ही हथियार ही साफ करना ਉਹਦਾ ਨਾਂ ਕੀ ਸੀ ਗੁਰਮੇਜ ਸਿੰਘ ਭੋਆ ਕਹਿੰਦੇ ਹੁੰਦੇ ਸੀ ਉਹ ਵੀ ਬੱਬਰ ਹੀ ਸੀ ਵੈਸੇ ਗੁਰਮੇਜ ਸਿੰਘ ਭੋਆ ਭੋਆ ਹਾਂਜੀ ਬੱਬਰ ਬੱਬਰ ਹਾਂਜੀ ਤੇ ਉਹ ਅੰਦਰ ਡਿਆ ਸੀ ਕਰਨ ਇਸ ਤਰ੍ਹਾਂ ਸਾਫ਼ ਅਤੇ ਉਹ ਤੁਹਾਨੂੰ ਦੱਸਿਆ ਵੀ ਗੁਆਂਢੀਆਂ ਦਾ ਬੰਦਾ ਆ ਕੇ ਬੋਲਿਆ ਨਾ ਆਪਣੇ ਵਿਹੜੇ 'ਚ ਸਾਡੀ ਅਤੇ ਉਹਨਾਂ ਦੀ ਕੰਧ ਨਿੱਘੀ ਨਿੱਘੀ ਉਹ ਭੱਜ ਕੇ ਬਾਹਰ ਨਿਕਲਿਆ ਵੀ ਉਹਨਾਂ ਦੀ ਰਾਤ ਕੋਠਾ ਡਿੱਗ ਪਿਆ ਸੀ ਅਤੇ ਉਹਨਾਂ ਨੂੰ ਇਹ ਪੁੱਛਣ ਲੱਗ ਪਿਆ ਵੀ ਤੁਸੀਂ ਰਾਤੀ ਸਾਨੂੰ ਡਰਾ ਹੀ ਦਿੱਤਾ ਉਹਨਾਂ ਚਿਰ ਨੂੰ ਗੱਡੀਆਂ ਆ ਕੇ ਤੁਹਾਡੇ ਬੂਹੇ ਗੜੀ ਵਾਗਰੂ ਖਲੋ ਗਈਆਂ ਆਉਂਦੇ ਕਰਨ ਲੱਗ ਪਏ ਵੀ ਬਾਹਾਂ ਖੜੀਆਂ ਕਰ ਲਓ ਬਾਹਾਂ ਖੜੀਆਂ ਕਰ ਲਓ ਉਹਨੇ ਬਾਹਾਂ ਖੜੀਆਂ ਕਰ ਲਈਆਂ ਉਹਨੂੰ ਪੁੱਛਿਆ ਤੇਰਾ ਨਾਂ ਕੀ ਆ ਅਤੇ ਉਹ ਆਉਂਦਾ ਮੇਰਾ ਨਾਂ ਸਤਨਾਮ ਸੋ ਉਹਨੇ ਮੇਰੇ ਛੋਟੇ ਦੇਰਦਾ ਜਿਹੜਾ ਹੁਣ ਆਇਆ ਸੀ ਨਾ ਉਹਦਾ ਨਾਂ ਦੱਸ ਦਿੱਤਾ ਅਤੇ ਉਹਨਾਂ ਨੇ ਆਉਂਦਿਆਂ ਵਾਗਰੂ ਜਦੋਂ ਮੁਕਾਬਲਾ ਆਇਆ ਸਾਡੇ ਚਾਰ ਚਫੇਰੇ ਉਹਨਾਂ ਨੇ ਤੁਹਾਨੂੰ ਦੱਸਿਆ ਗੰਨਾ ਬੀੜ ਲਈਆਂ ਲੋਕਾਂ ਦੇ ਕੋਠਿਆਂ 'ਤੇ ਚੜ੍ਹ ਚੜ੍ਹ ਕੇ ਮਸ਼ੀਨਾਂ ਜਿਹੀਆਂ ਵੱਡੀਆਂ ਵੱਡੀਆਂ ਅਤੇ ਉਹ ਆਉਂਦਾ ਮੈਨੂੰ ਪਾਣੀ ਪੀ ਲੈਣ ਦਿਉ ਉਹ ਨਲਕੇ 'ਚ ਵੜਿਆ ਵਾ ਉਹਨੇ ਆਪਣੇ ਕਾਲਰ 'ਚੋਂ ਹੀ ਖਾ ਲਿਆ ਵਾ ਪਤਾ ਨਹੀਂ ਕੀ ਖਾ ਲਿਆ ਅਤੇ ਉੱਥੇ ਲੱਟ ਪਟਾਣਾ ਹੋ ਗਿਆ ਅਤੇ ਜਿਹੜਾ ਇੱਧਰਲੇ ਪਾਸੇ ਬੈਠਾ ਸੀ ਇੱਕ ਮਸ਼ੀਨ ਬੀੜ ਕੇ ਉਹ ਮੈਨੂੰ ਆਉਂਦਾ ਭੈਣਾ ਅੰਦਰ ਬੰਦੇ ਹੈਗੇ ਮੈਂ ਜਾਣ ਕੇ ਕਹਿਤਾ ਹੈਗੇ ਆ ਹੈਗਾ ਨਹੀਂ ਸੀ ਕੋਈ ਅੰਦਰ ਗੁਰਮੇਜ ਸਿੰਘ ਇਕੱਲਾ ਹੀ ਅਤੇ ਉਹ ਬਾਹਰ ਆ ਗਿਆ ਅਤੇ ਉਹ ਦੂਜਾ ਆਉਂਦਾ ਬੂਹਾ ਖੋਲ ਅਤੇ ਮੈਂ ਕਦੀ ਅੱਖਾਂ ਵੀ ਖੋਲ੍ਹਾਂ ਕਦੀ ਅੱਖਾਂ ਨਾ ਖੋਲ੍ਹਾਂ ਮੈਂ ਦੋ ਪੈਰ ਗਾਂਹ ਗਈ ਤਾਂ ਮੈਨੂੰ ਆਉਂਦਾ ਵੀ ਖੋਲ੍ਹ ਦੀਆਂ ਕਿ ਮਾਰਾਂ ਗੋਲੀ ਮੈਂ ਫਿਰ ਬੂਹਾ ਖੋਲ੍ਹਤਾ ਵਾਗਰੂ ਅਤੇ ਉੱਥੇ ਅੰਦਰ ਤਾਂ ਹੈ ਨਹੀਂ ਕੋਈ ਵੀ ਅਤੇ ਮੈਂ ਝੂਠ ਹੀ ਬੋਲਿਆ ਵੀ ਹੈਗੇ ਬੰਦੇ ਮੈਂ ਕਿਹਾ ਚੱਲ ਕੁਛ ਆਖਣਗੇ ਨਾ ਮੈਨੂੰ ਉਹ ਮੁੜ ਕੇ ਉਹਨਾਂ ਚਿਰ ਨੂੰ ਇੱਧਰ ਵਾਲਾ ਜਿਹੜਾ ਬੈਠਾ ਸੀ ਨਾ ਉਹ ਮੈਨੂੰ ਆਉਂਦਾ ਵਾ ਵੀ ਉਹ ਹੈਗਾ ਸੀ ਖਜਾਲੇ ਦਾ ਵਾਗਰੂ ਪੁਲਿਸ ਵਾਲਾ ਅਤੇ ਉਹ ਮੇਰੇ ਆਦਮੀ ਨੂੰ ਜਾਣਦਾ ਸੀ ਪੀਟੀ ਪੀਟੀ ਆਉਂਦੇ ਹੁੰਦੇ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਵਿੱਚੋਂ ਹੀ ਮੁਲਾਜ਼ਮ ਉਹ ਹਾਂਜੀ ਨਾਂ ਦਾ ਨਹੀਂ ਆ ਸ਼ਰਬਜੀਤ ਹਾਂ ਹਾਂ ਅਤੇ ਉਹਨੇ ਮੈਨੂੰ ਉਹਨੂੰ ਪਤਾ ਸੀ ਵੀ ਇਹ ਜਹੇਦਾਰ ਦਾ ਘਰ ਵਾ ਉਹ ਮੈਨੂੰ ਆਉਂਦਾ ਭੈਣਾ ਨਿਕਲਿਆ ਜਾਂਦਾ ਅਤੇ ਨਿਕਲ ਜਾ ਇੱਥੋਂ ਪਤਾ ਨਹੀਂ ਹੁਣ ਕੀ ਬਣਨਾ ਹੈ ਫਿਰ ਵਾ ਔਰ ਗੁਰਮੇਜ ਸਿੰਘ ਬੱਬਰ ਉਹਨਾਂ ਦੀ ਤੁਹਾਡੇ ਘਰ ਜਿਹੜਾ ਮੁਕਾਬਲਾ ਹੋਇਆ ਤਿੰਨ ਸਿੰਘ ਤੁਸੀਂ ਹਾਂਜੀ 1992 'ਚ 6ਵਾਂ ਮਹੀਨਾ 20 ਤਰੀਕ 6ਵਾਂ ਮਹੀਨਾ ਅਤੇ 20 ਤਰੀਕ ਹਾਂਜੀ ਉਹ ਸਾਡੇ ਘਰ ਇੱਕ ਜਗ੍ਹਾ 'ਤੇ ਮੁਕਾਬਲਾ ਹੋਣਾ ਇੱਕ ਤਾਂ ਤੁਹਾਡਾ ਦਿਓਰ ਸ਼ਹੀਦ ਹਾਂਜੀ ਭਾਈ ਰਣਜੀਤ ਸਿੰਘ ਬੱਬਰ ਹਾਂਜੀ ਇੱਕ ਭਾਈ ਗੁਰਮੇਜ ਸਿੰਘ ਬੱਬਰ ਉਹ ਵੀ ਮੇਰਾ ਦੇਰ ਹੀ ਲੱਗਾ ਸੱਸ ਦਾ ਭਤੀਜਾ ਸੀ ਜੀ ਮਾਮਾ ਜੀ ਦਾ ਬੇਟਾ ਦੋ ਸਿੰਘ ਹੋਰ ਤੇ ਦੋ ਹਾਂਜੀ ਤੁਹਾਡੇ ਘਰੇ ਉਹ ਮੁਕਾਬਲਾ ਹੁੰਦਾ ਉੱਥੇ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਹਾਂਜੀ ਹਾਂਜੀ ਕਿਸੇ ਥਾਂ ਤੇ ਕਿਸੇ ਖਾੜਕੂ ਸਿੰਘ ਦਾ ਮੁਕਾਬਲਾ ਹੁੰਦਾ ਉੱਥੇ ਪਹਿਲਾਂ ਗੁਰਦੁਆਰੇ ਸਾਹਿਬ ਵੀ ਬਣਾਏ ਗਏ ਜੋ ਕਿ ਪੰਜਾਬ ਪੁਲਿਸ ਨੇ ਜਿਹੜੇ ਸੀ ਉੱਥੋਂ ਉਹ ਗੁਰਦੁਆਰੇ ਸਾਹਿਬ ਵੀ ਜਿਹੜੇ ਨਿਸ਼ਾਨ ਸਾਹਿਬ ਲਾਏ ਗਏ ਵੀ ਪੁੱਟ ਦਿੱਤੇ ਸੀਗੇ ਭਾਬੀ ਆਉਂਦੀ ਹੁੰਦੀ ਆ ਵੀ ਇਹ ਰਣਜੀਤ ਦਾ ਕਾਕਾ ਵਾ ਅਤੇ ਇਹ ਉਹਨੇ ਮੱਲਿਆ ਵਾ ਅਤੇ ਹੁਣ ਆਉਂਦਾ ਮੈਂ ਖੰਡ ਪਾਠ ਕਰਾ ਕੇ ਅਤੇ ਮੈਂ ਝੋਲੀ ਪਵਾਉਣਾ ਵਾ ਅਤੇ ਲਓ ਵਾਗਰੂ ਉਹ 50 ਰੁਪਈਏ ਮੇਰੇ ਬੱਚੇ ਨੂੰ ਦੇ ਕੇ ਗਏ ਆ ਨਕੋਦਰ ਦੇ ਸਿੰਘ ਹੋਰ ਅਸੀਂ ਵਾਗਰੂ ਮਹਾਰਾਜ ਜਾਂਦਾ ਅਸੀਂ ਵੀ ਕਿਸੇ ਗੱਲ 'ਤੇ ਵਿੱਚ ਵੀ ਹੈਗੇ ਅਸੀਂ ਐਵੇਂ ਆਖੀਏ ਉਹ ਉਹਨਾਂ 50 ਰੁਪਈਆਂ ਦੀ ਮੈਂ ਸੌਂ ਨਹੀਂ ਦਿੰਦੀ ਬਸ ਹੋਰ ਨਹੀਂ ਅਸੀਂ ਸਾਡੀ ਨਹੀਂ ਕਿਸੇ ਨੇ ਮਦਦ ਕੀਤੀ ਸਾਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਨਹੀਂ ਵੀ ਤੁਹਾਡਾ ਕੀ ਹਾਲਾਤ ਹੈ ਮੇਰਾ ਬੰਦਾ ਸਾਲ ਸਾਲ ਦੋ ਦੋ ਸਾਲ ਡੇਢ ਡੇਢ ਸਾਲ ਵੀ ਰਹਿੰਦਾ ਰਿਹਾ ਵਾ ਥਾਣੇ 'ਚ ਕੋਈ ਮੁਲਾਕਾਤ 'ਤੇ ਨਹੀਂ ਗਿਆ ਹੋਰ ਤਾਂ ਗੱਲਾਂ ਹੀ ਛੱਡੋ ਤੁਸੀਂ ਮੈਂ ਜਿੰਨੇ ਵਕਤ ਵੇਖਿਆ ਨਾ ਉਹ ਮੈਂ ਹੀ ਸਗੀ ਮਾਂ ਵੀ ਨਹੀਂ ਜਾਂਦੀ ਜੇ ਫਿਰ ਪੁੱਛ ਕੇ ਮੈਂ ਪਰਮਜੀਤ ਸਿੰਘ ਰਾਣਵਾਂ ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਪਰਿਵਾਰਾਂ ਦੀ ਇੰਟਰਵਿਊ ਦੀ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਭੀਲੋਵਾਲ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਦੇ ਘਰ ਔਰ ਉਹਨਾਂ ਦੇ ਸਤਿਕਾਰਯੋਗ
ਭਰਜਾਈ ਜੋ ਪਰਿਵਾਰ ਵਿੱਚੋਂ ਬੋਲਣ ਵਾਲਾ ਕੇਵਲ ਇੱਕੋ ਜੀ ਹੈ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਦੀ ਭਰਜਾਈ, ਜਦੋਂ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਦੇ ਭਰਾ ਦਾ ਵਿਆਹ ਹੋਇਆ ਤਾਂ ਉਹਨਾਂ ਦੀ ਭਾਬੀ ਜੀ ਬੀਬੀ ਤਸਵੀਰ ਕੌਰ ਜੀ ਨੇ ਦੱਸਿਆ ਕਿ ਉਹ ਉਦੋਂ ਤਕਰੀਬਨ ਇੰਨੀ ਕੁ ਉਮਰ ਸੀ ਉਹਨਾਂ ਦੀ, 5-7 ਸਾਲ ਦੀ ਉਮਰ ਹੋਊਗੀ, 5-7 ਸਾਲ ਦੀ। ਸਭ ਤੋਂ ਪਹਿਲਾਂ ਤਾਂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਦਿਓਰ ਉੱਚ ਕੋਟੀ ਦੇ ਸਿੰਘਾਂ ਦੇ ਵਿੱਚ, ਚੋਟੀ ਦੇ ਖਾੜਕੂ ਸਿੰਘਾਂ ਵਿੱਚ ਉਹਦਾ ਨਾਂ ਹੈ ਭਾਈ ਰਣਜੀਤ ਸਿੰਘ ਬੱਬਰ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਔਰ ਬਹੁਤ ਕੁਛ ਸਹਿਆ ਤੁਹਾਡੇ ਪਰਿਵਾਰ ਨੇ। ਜਦੋਂ ਤੁਸੀਂ ਵਿਆਹੇ ਆਏ ਇਸ ਘਰ ਦੇ ਵਿੱਚ, ਉਦੋਂ ਤੁਸੀਂ ਦੱਸਿਆ ਵੀ ਬਹੁਤ ਛੋਟੀ ਉਮਰ ਸੀ ਰਣਜੀਤ ਸਿੰਘ ਦੀ, ਉਹ ਸਾਰਾ ਕੁਛ ਦੱਸੋ, ਸੰਗਤਾਂ ਸੁਣ ਰਹੀਆਂ ਤੁਹਾਨੂੰ। ਹਾਂਜੀ, ਜਦੋਂ ਮੈਂ ਵਿਆਹੀ ਆਈ ਹਾਂ, ਇਸ 5-7 ਸਾਲ ਦਾ ਹੀ ਸੀ ਅਤੇ 8ਵੀਂ 'ਚ ਪੜ੍ਹਦਾ ਸੀ। ਉਸ ਤੋਂ ਬਾਅਦ ਇਹਨੂੰ ਸਾਹ ਦੀ ਪ੍ਰੋਬਲਮ ਹੋ ਗਈ ਅਤੇ ਫਿਰ ਇਹਨਾਂ ਦੇ ਮਾਮਾ ਜੀ ਡਾਕਟਰ ਸੀ ਅਤੇ ਉਹ ਇਹਨੂੰ ਯੂਪੀ ਲੈ ਗਏ। ਯੂਪੀਓਂ ਮਤਲਬ ਵੀ ਠੀਕ ਹੋ ਕੇ ਆ ਗਿਆ ਅਤੇ ਬਸ ਆ ਕੇ ਅਤੇ ਇਹਨੇ ਬੋਲੇਵਾਲ ਡਾਕਟਰੀ ਦੀ ਡਾਕਟਰ ਵੀ ਸੀ, ਡਾਕਟਰੀ ਵੀ ਸਿੱਖ ਆਏ ਉੱਥੇ ਯੂਪੀ 'ਚ ਮਾਮਾ ਜੀ ਕੋਲੋਂ। ਫਿਰ ਆ ਕੇ ਬੋਲੇਵਾਲ ਇਹਨਾਂ ਦੁਕਾਨ ਪਾ ਲਈ ਆ, ਉੱਥੋਂ ਹੀ ਵਾਹਿਗੁਰੂ ਇਹ ਉੱਥੇ ਪਾਰਟੀਆਂ ਨਾਲ ਰਲ ਗਿਆ ਅਤੇ ਘਰ ਮੁੜ ਕੇ ਤਾਂ ਘਰ ਹੀ ਨਹੀਂ ਬੈਠਾ ਅਤੇ ਆਉਣਾ ਨਾਲ 10-10, 15-15 ਜਾਣੇ ਹੋਣੇ ਸਿੰਘ ਹੋਣੇ ਨਾਲ। ਹਾਂਜੀ, ਸਿੰਘ ਹੋਣੇ ਅਤੇ ਫਿਰ ਆ ਕੇ ਅਤੇ ਚਲੋ ਜਿੰਨੇ ਜੋਗੇ ਹਾਂ ਸੇਵਾ ਕਰਦੇ ਰਹੇ ਹਾਂ, ਰੋਟੀ ਪ੍ਰਸ਼ਾਦਾ ਪਾਣੀ ਖਵਾਉਂਦੇ ਰਹੇ ਹਾਂ ਅਤੇ ਚਲੋ ਆਉਣਾ ਸੁਣਨੀ ਗਿਣਨੀ ਕਿਸੇ ਦੀ ਨਾ। ਬਥੇਰਾ ਵੱਡੇ ਭਰਾ ਨੇ ਵੀ ਆਖਣਾ, ਮੇਰੇ ਆਦਮੀ ਨੇ ਵੀ, ਵੀ ਤੂੰ ਕਿਹੜੀ ਲਾਈਨ 'ਚ ਪੈ ਗਿਆ। ਉਹਨੇ ਕਹਿਣਾ ਵੀ ਤੁਸੀਂ ਮੈਂ ਠੀਕ ਲਾਈਨ 'ਚ ਵਾਂ, ਜੋ ਮੈਂ ਕਰਦਾ ਮੈਂ ਕਿਹੜੀਆਂ ਵੀ ਮਾੜੇ ਕੰਮ ਕਰਨ ਡਿਆ, ਮੈਂ ਦੇਸ਼ ਦੀ ਸੇਵਾ ਕਰਨ ਡਿਆ। ਅਤੇ ਫਿਰ ਇਸ ਤਰ੍ਹਾਂ ਹੀ ਵੀ 5-7 ਸਾਲ ਇਸ ਤਰ੍ਹਾਂ ਹੀ ਲੰਘ ਗਏ ਅਤੇ ਫਿਰ ਸਾਨੂੰ ਘੇਰੇ ਪੈਣ ਲੱਗ ਪਏ। ਪੁਲਿਸ ਨੇ ਸਾਨੂੰ ਜੀਣ ਨਾ ਦੇਣਾ, ਅਸੀਂ ਘਰੋਂ ਵੀ ਨਿਕਲੇ ਰਹਿਣਾ ਕਈ ਦਿਨ। ਜਦੋਂ ਪੁਲਿਸ ਆ ਜਾਣੀ ਤਾਂ ਸਾਨੂੰ ਲੋਕਾਂ ਨੇ ਆਖਣਾ ਵੀ ਬੜੀਆਂ ਗੱਡੀਆਂ ਆ ਗਈਆਂ ਜੇ ਅਤੇ ਭੱਜ ਜਾਓ। ਅਸੀਂ ਨਿਕਲ ਕੇ 2-2 ਮਹੀਨੇ, 4-4 ਮਹੀਨੇ ਅਸੀਂ ਘਰੋਂ ਵੀ ਨਿਕਲੇ ਰਹੇ ਵਾਹਿਗੁਰੂ। ਹਾਂਜੀ, ਛੱਡ ਕੇ ਲੰਘ ਜਾਂਦੇ ਨਾ, ਹਾਂ ਚੱਲ ਜਾਣਾ। ਫਿਰ ਕੋਈ ਨਾ ਕੋਈ ਬੰਦਾ ਪਾ ਕੇ ਰਣਜੀਤ ਤੋਂ, ਇੱਥੋਂ ਦਾ ਹੁੰਦਾ ਸੀ MLA ਵਰਿਆਮ ਦਾ, ਉਹਨੇ ਫਿਰ ਸਾਨੂੰ ਉਹ ਸਾਡੇ ਲਾਗਾ ਲਾਗੇ ਭੋਆ ਅਤੇ ਲਾਗੇ ਵਰਿਆਮ ਅਤੇ ਉੱਥੇ ਇਹਦੇ ਰਣਜੀਤ ਸਿੰਘ ਦੇ ਨਾਨਕੇ ਹੁੰਦੇ ਸੀ ਅਤੇ ਉਹ ਮਾਮਿਆਂ ਨਾਲ ਚੰਗਾ ਉਹਦਾ ਹੁੰਦਾ ਸੀ ਮੇਲ ਜੋਲ। ਫਿਰ ਉਹਨੇ ਸਾਡਾ ਫੈਸਲਾ ਕਰਾਉਣਾ, ਫਿਰ ਅਸੀਂ ਘਰ ਆਉਣਾ, ਫਿਰ 2-4 ਮਹੀਨੇ ਲੰਘਣੇ ਅਤੇ ਫਿਰ ਵਾਹਿਗੁਰੂ ਇਹੋ ਕੁਛ ਹੀ ਹੋਣਾ। ਅਤੇ ਸਾਡੇ ਇਹਨਾਂ ਦੇ ਬਹੁਤ ਧੱਕੇਸ਼ਾਹੀ ਹੁੰਦੀ ਰਹੀ ਆ ਅਤੇ ਚਲੋ ਜਿੰਨੇ ਜੋਗੇ ਹਾਂ ਅਸੀਂ ਪ੍ਰਸ਼ਾਦਾ ਪਾਣੀ ਛਕਾਉਂਦੇ ਰਹੇ ਹਾਂ ਅਤੇ ਅਸੀਂ ਇਹ ਲਾਈਨ ਦੇ ਵਿੱਚ ਵੀ ਸਾਰਾ ਪਰਿਵਾਰ ਹੀ ਹਿਸਾਬ ਨਾਲ ਬੀਬੀ ਦੇ ਭਤੀਜੇ, ਭਰਾ, ਭਰਜਾਈ, ਇੱਕ ਇਸ ਤਰ੍ਹਾਂ ਹੀ ਸਾਰੇ ਹੀ ਇਸੇ ਕੰਮ 'ਚ ਹੀ ਗਏ। ਅੱਛਾ, ਪਰਿਵਾਰ ਦੇ ਵਿੱਚੋਂ 5-4 ਜੀ ਤੁਹਾਡੇ ਜਿਹੜੇ ਨੇ, ਹਾਂਜੀ ਹਾਂਜੀ ਹਾਂਜੀ, ਉਹ ਮਤਲਬ ਸ਼ਹੀਦ ਹੋਏ? ਸ਼ਹੀਦ ਹੋਏ, ਹਾਂਜੀ। ਭਰਜਾਈ ਵੀ ਤੁਸੀਂ ਦੱਸਦੇ ਹੋ? ਭਰਜਾਈ, ਹਾਂ, ਬੀਬੀ ਦੀ ਭਰਜਾਈ। ਉਹਨੂੰ ਵੀ ਕਿ ਪੁਲਿਸ ਨੇ ਤਸ਼ੱਦਦ ਕਰਕੇ ਮਾਰਿਆ ਕਿ ਗੋਲੀ ਵੱਜੀ ਸੀ ਉਹਨਾਂ ਨੂੰ? ਉਹਨੂੰ ਉਹ ਮੁੜ ਕੇ ਬਿਮਾਰ ਹੋ ਕੇ ਮਰੇ ਉਸ ਤਰ੍ਹਾਂ। ਅੱਛਾ, ਅਤੇ ਹਾਂਜੀ, ਜਾਣੀ ਉਹ ਜਿਹੜਾ ਕਰਦੀ ਉਹ ਵੀ ਨਾਲ ਹੀ ਸਿੰਘਾਂ ਦੇ ਰਹਿੰਦੀ ਹੁੰਦੀ ਸੀ ਮਤਲਬ। ਅੱਛਾ ਅੱਛਾ, ਸਿੰਘਾਂ ਦੇ ਨਾਲ ਵਿਚਰਦੇ ਸੀ? ਹਾਂਜੀ ਹਾਂਜੀ, ਹਾਂ, ਉਹ ਸਮਾਨ ਸਮੂਨ ਛੱਡ ਕੇ ਹੁੰਦੀ ਹੁੰਦੀ ਜਿੱਥੇ ਜਿੱਥੇ ਬਬਰ ਖਾਲਸਾ ਜਥੇਬੰਦੀ ਦੇ ਵਿੱਚ। ਬਬਰ ਖਾਲਸਾ ਨੇ, ਹਾਂਜੀ, ਉੱਥੋਂ ਹੀ ਇਹ ਮਾਮਾ ਜੀ ਦੀ ਲਹਿਰ ਤੋਂ ਹੀ ਇਹ ਨਾਲ ਉਹਨਾਂ ਨਾਲ ਹੀ ਰਲਿਆ ਕਿ ਉੱਥੋਂ ਮੁੜ ਕੇ ਆ ਕੇ ਅਤੇ ਫਿਰ ਤਾਂ ਇੱਧਰ ਦਾ ਕੋਈ ਸਿੰਘ ਹੋਊ ਜਿਹੜਾ ਨਾ ਸਾਡੇ ਘਰ ਆਇਆ ਹੋਊਗਾ ਵਾਹਿਗੁਰੂ, ਨਹੀਂ ਤਾਂ ਸਭ ਇੱਥੇ ਹੀ ਪਤਾ ਹੀ ਆ ਭਾਜੀ ਇਹਨਾਂ ਨੂੰ। ਚੋਟੀ ਦੇ ਜਿਹੜੇ ਸਿੰਘ ਸੀ ਘਰੇ ਤੁਹਾਡੇ ਆਉਂਦੇ ਰਹੇ, ਜਿਨ੍ਹਾਂ 'ਚੋਂ ਤੁਸੀਂ ਦੱਸਦੇ ਹੋ ਵੀ ਕੋਈ ਜਲੰਧਰ ਤੋਂ, ਕੋਈ ਧੀਰਾ? ਹਾਂਜੀ, ਧੀਰਾ ਵੀ ਇੱਕ ਆਉਂਦਾ ਹੁੰਦਾ ਸੀ ਜਲੰਧਰ ਤੋਂ, ਇੱਕ ਭਾਊ ਹੁੰਦਾ ਸੀ। ਇਸ ਤਰ੍ਹਾਂ ਕਰਕੇ ਇਹਨੂੰ ਵੀਰ ਜੀ ਨੂੰ ਤਾਂ ਸਗੋਂ ਪਤਾ ਵਾ, ਬਹੁਤ ਉਹਨਾਂ ਨੇ ਨਾਂ ਆਪਣੇ ਹੀ ਰੱਖੇ ਹੁੰਦੇ ਹੁੰਦੇ, ਅਸਲੀ ਨਾਂ ਥੋੜ੍ਹਾ ਇੱਕ ਪਾਲਾ ਹੁੰਦਾ ਸੀ ਭਾਜੀ, ਅਤੇ ਇਸ ਤਰ੍ਹਾਂ ਕਰਕੇ ਬਹੁਤ ਆਉਂਦੇ ਰਹੇ ਆ ਅਤੇ ਚਲੋ ਛੋਟੇ ਨਾਮ ਦੇ ਨਾਲੇ ਪੁਕਾਰਦੇ। ਹਾਂ ਹਾਂ ਹਾਂਜੀ ਹਾਂਜੀ ਹਾਂਜੀ। ਤੁਸੀਂ ਖਾੜਕੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਰਹੇ, ਸੇਵਾ ਵੀ ਕਰਦੇ ਰਹੇ। ਇੱਕ ਤੁਸੀਂ ਮੈਨੂੰ ਹੁਣੇ ਦੱਸ ਰਹੇ ਸੀ ਕਿ ਮੈਂ ਰੋਟੀਆਂ ਵੀ ਖਲਾਈਆਂ ਸਿੰਘਾਂ ਨੂੰ। ਹਾਂਜੀ ਹਾਂਜੀ, ਤੇ ਚਪੇੜਾਂ ਵੀ ਖਾਧੀਆਂ? ਚਪੇੜਾਂ ਥਾਣੇਦਾਰ, ਚਪੇੜਾਂ ਪੁਲਿਸ ਦੀਆਂ। ਹਾਂਜੀ, ਉਹ ਕਿਹੜਾ ਥਾਣੇਦਾਰ ਸੀ ਜਿਨ੍ਹਾਂ ਨੇ? ਬਚਿੱਤਰ ਸਿੰਘ ਹੀ ਭਾਜੀ, ਕੱਥੂ ਨੰਗਲ ਦਾ ਵਾਹਿਗੁਰੂ।
ਕੱਥੂ ਨੰਗਲ ਥਾਣੇ 'ਚ ਹੀ ਪਤਾ ਨਹੀਂ ਹੈਗਾ ਕਿੱਥੋਂ ਤੁਹਾਨੂੰ ਘਰੇ ਉਹਨੇ ਚਪੀੜ ਮਾਰੀ ਸੀ ਆ ਕੇ ਥਾਣੇ 'ਚ ਲਿਜਾ ਕੇ ਨਹੀਂ ਨਹੀਂ ਮੈਂ ਇਹਨੂੰ ਥਾਣੇ ਨਹੀਂ ਖੜਿਆ ਉਹਨਾਂ ਨੇ ਵਾਗਰੂ ਮੈਨੂੰ ਇੱਥੇ ਹੀ ਮੈਨੂੰ ਤੁਹਾਨੂੰ ਦੱਸਿਆ ਨਾ ਵੀ ਕਹਿੰਦੇ ਸੀ ਇੰਜਨ 'ਤੇ ਆ ਰਣਜੀਤ ਸਿੰਘ ਤੋਂ ਉੱਥੇ ਚੱਲ ਅਤੇ ਰਾਤ ਦੀ ਵਿਖਾ ਸੀ ਅਤੇ ਮੈਂ ਆਖਿਆ ਮੈਂ ਇਕੱਲੀ ਨੇ ਤੁਹਾਡੀ ਗੱਡੀ 'ਚ ਨਹੀਂ ਬਹਿਣਾ ਜਾਣੀ ਤੁਹਾਨੂੰ ਗੱਡੀ 'ਚ ਬਿਠਾਉਂਦੇ ਸੀ ਹਾਂਜੀ ਅਤੇ ਮੈਂ ਗੱਡੀ 'ਚ ਨਹੀਂ ਹਾਂ ਬਹਿੰਦੀ ਫਿਰ ਉਹਨਾਂ ਮੈਨੂੰ ਚਪੇੜਾਂ ਮਾਰੀਆਂ ਫਿਰ ਮੈਂ ਆਪਣੇ ਸਾਡਾ ਤਾਏ ਜੀ ਦਾ ਘਰ ਸੀ ਪਿੰਡ ਵਿੱਚ ਮੈਂ ਉਹਨਾਂ ਦੇ ਘਰੇ ਲੈ ਗਈ ਅਤੇ ਉਹਨਾਂ ਨੂੰ ਜਾ ਕੇ ਕਹਿੰਦੇ ਆ ਵੀ ਬੁੱਢਿਆ ਕਿੱਥੇ ਆ ਰਣਜੀਤ ਸਿੰਘ ਉਹ ਆਉਂਦਾ ਵਾਗਰੂ ਮੈਂ ਤਾਂ 40 ਸਾਲਾਂ ਦਾ ਇਹਨਾਂ ਦੇ ਨਾਲੋਂ ਵਾਢਿਆ ਮੈਨੂੰ ਕੀ ਪਤਾ ਕਿੱਥੇ ਆ ਅਤੇ ਉੱਥੇ ਕਹਿੰਦੇ ਆ ਤੇਰਾ ਇਹ ਤੇਰੀ ਨਹੁੰ ਆਉਂਦੀ ਆ ਵੀ ਤਾਏ ਨੂੰ ਪਤਾ ਵਾ ਵੀ ਉੱਥੇ ਹਾਂਜੀ ਅਤੇ ਉੱਥੇ ਵੀ ਜਾ ਕੇ ਤਾਂ ਮੈਂ ਫਿਰ ਡਰਾਂ ਵੀ ਤਾਏ ਨੇ ਆਖਣਾ ਇਹ ਕੁੜੀ ਮੈਨੂੰ ਫੜਾ ਦੇਣ ਲੱਗੀ ਆ ਮੈਂ ਫਿਰ ਆਖਿਆ ਮੈਂ ਆਖਿਆ ਭਾਅ ਜੀ ਮੈਂ ਤੁਹਾਨੂੰ ਇਹ ਗੱਲ ਨਹੀਂ ਆਖੀ ਮੈਂ ਤੁਹਾਨੂੰ ਆਖਿਆ ਵਾ ਵੀ ਤੁਸੀਂ ਮੈਨੂੰ ਆਉਂਦੇ ਇੰਜਨ 'ਤੇ ਚੱਲ ਮੇਰੇ ਨਾਲ ਮੈਂ ਆਖਿਆ ਮੇਰਾ ਤਾਇਆ ਜਾਊ ਤਾਂ ਮੈਂ ਜਾਊਂਗੀ ਅਤੇ ਫਿਰ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਇਹ ਵੀ ਗੁੱਸਾ ਹੋ ਗਿਆ ਵੀ ਇਹਨੇ ਇਸ ਤਰ੍ਹਾਂ ਕਿਉਂ ਆਖਿਆ ਇਸ ਤੋਂ ਇਲਾਵਾ ਵੀ ਕਦੇ ਪੰਜਾਬ ਪੁਲਿਸ ਨੇ ਤੁਹਾਡੇ 'ਤੇ ਜ਼ੁਲਮ ਢਾਇਆ ਜਾਂ ਤਸ਼ੱਦਦ ਕੀਤਾ ਤੁਹਾਨੂੰ ਫਿਰ ਮੁੜ ਕੇ ਕਦੇ ਕਿਸੇ ਥਾਣੇ 'ਚ ਬੁਲਾਇਆ ਬੇਇੱਜ਼ਤ ਕੀਤਾ ਨਹੀਂ ਮੈਨੂੰ ਨਹੀਂ ਬੁਲਾਇਆ ਮੇਰੇ ਆਦਮੀ ਨੂੰ ਫੜ ਲਿਆ ਵਾਗਰੂ ਅੱਛਾ ਕਿੰਨੀ ਵਾਰੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿੰਨੀ ਕੁ ਵਾਰ ਤੇ ਉਹ ਤਾਂ ਰਹਿ ਹੀ ਭਾਅ ਜੀ ਉਹਨਾਂ ਨੂੰ ਟੋਰਚਰ ਕੀਤਾ ਜੇਲ੍ਹਾਂ 'ਚ ਹਰ ਗੱਲ ਭਾਅ ਜੀ ਉਹਨਾਂ ਨੂੰ ਪਤਾ ਨਹੀਂ ਮੈਂ ਤੁਹਾਤੋਂ ਪੁੱਛ ਰਿਹਾ ਕਿਉਂਕਿ ਇੰਟਰਵਿਊ ਮੈਂ ਤੁਹਾਡੀ ਲੈ ਰਿਹਾ ਕਿਸੇ ਭਾਅ ਜੀ ਦੀ ਨਹੀਂ ਲੈ ਰਿਹਾ ਜੋ ਤੁਹਾਨੂੰ ਪਤਾ ਉਹ ਦੱਸੋ ਮੈਨੂੰ ਹਾਂਜੀ ਹਾਂਜੀ ਉਹ ਇੱਕ ਵਾਰੀ ਇਹਨੂੰ ਲੈ ਗਏ ਸੀ ਰਣਜੀਤ ਸਿੰਘ ਉਹਨੂੰ ਫੜਿਆ ਗਿਆ ਸੀ ਅਤੇ ਇੱਕ ਵਾਰੀ ਕਹਿੰਦਾ ਉਦੋਂ ਹੀ ਜਦੋਂ ਸ਼ਹੀਦ ਕਰ ਦਿੱਤਾ ਸਾਨੂੰ ਪਤਾ ਸੀ ਵੀ ਇਹਨੂੰ ਫੜਿਆ ਵਾ ਆਪਣੇ ਖਡੂਰ ਸਾਹਿਬ ਤੋਂ ਗੁਰਦੁਆਰੇ 'ਤੇ ਸੇਵਾ ਕਰਨ ਗਿਆ ਪਿੰਡ ਦੀ ਵੀ ਸੰਗਤ ਲੈ ਕੇ ਜਾਂਦਾ ਕਿਹੜੇ ਗੁਰਦੁਆਰੇ ਸਾਹਿਬ 'ਚ ਯਾਦ ਆ ਕੁਛ ਖਡੂਰ ਸਾਹਿਬ ਖਡੂਰ ਸਾਹਿਬ ਕਾਰ ਸੇਵਾ ਵਾਲਿਆਂ ਦੇ ਕਾਰ ਸਾਹਿਬ ਸੇਵਾ ਵਾਲਿਆਂ ਦੇ ਜਿੱਥੇ ਸਰੋਵਰ ਆ ਹਾਂਜੀ ਹਾਂਜੀ ਜਿੱਥੇ ਲੰਗਰ ਚੱਲਦਾ ਲੰਗਰ ਚੱਲਦਾ ਗੁਰਦੁਆਰਾ ਤਪਿਆਣਾ ਸਾਹਿਬ ਅੱਛਾ ਉੱਥੋਂ ਫੜਿਆ ਉੱਥੋਂ ਫੜ ਕੇ ਅਤੇ ਮੁੜ ਕੇ ਬਾਅਦ 'ਚ ਸਾਨੂੰ ਆ ਕੇ ਕੋਈ ਦੋ ਮਹੀਨੇ ਡੇਢ ਮਹੀਨੇ ਬਾਅਦ ਸਾਨੂੰ ਦੱਸਿਆ ਉਹ ਵੀ ਕਿਸੇ ਮੁਲਾਜ਼ਮ ਨੇ ਸਾਨੂੰ ਦੱਸਿਆ ਅੱਛਾ ਡੇਢ ਦੋ ਮਹੀਨੇ ਬਾਅਦ ਤੁਹਾਨੂੰ ਦੱਸਿਆ ਵੀ ਤੁਹਾਡਾ ਸ਼ਹੀਦ ਕਰਤਾ ਉਹਨੂੰ ਖਡੂਰ ਖਵਾਸਪੁਰਾ ਜਿਹੜਾ ਥਾਣਾ ਸੀ ਨਾ ਉੱਥੇ ਲੈ ਗਏ ਅੱਛਾ ਉਹਦੀ ਜਿਹੜੀ ਸ਼ਹੀਦੀ ਦੀ ਖਬਰ ਆ ਰਣਜੀਤ ਸਿੰਘ ਦੀ ਤੁਹਾਡੇ ਡੇਢ ਮਹੀਨੇ ਬਾਅਦ ਮਿਲੀ ਉਹ ਕਿਸੇ ਪੁਲਿਸ ਵਾਲੇ ਮੁਲਾਜ਼ਮ ਨੇ ਦੱਸਿਆ ਹਾਂਜੀ ਹਾਂਜੀ ਨਹੀਂ ਅਖਬਾਰਾਂ 'ਚ ਵੀ ਆ ਜਾਂਦਾ ਵੀ ਸਿੰਘ ਸ਼ਹੀਦ ਕਰ ਉਹਨਾਂ ਕੱਢਿਆ ਹੀ ਨਹੀਂ ਵਾਗਰੂ ਕੱਢਿਆ ਹੀ ਨਹੀਂ ਡੇਢ ਮਹੀਨਾ ਮਤਲਬ ਉਹਨੂੰ ਟੋਰਚਰ ਕਰਦੇ ਰਹੇ ਹਾਂ ਬਹੁਤ ਕੁੱਟਮਾਰ ਕਰਦੇ ਰਹੇ ਬੜਾ ਕੁਛ ਕਰਦੇ ਰਹੇ ਦੱਸਦੇ ਸੀ ਮੁੜ ਕੇ ਵੀ ਇਸ ਤਰ੍ਹਾਂ ਹੀ ਮੁੜ ਕੇ ਪਤਾ ਲੱਗਦਾ ਸੀ ਵੀ ਉਹਨੂੰ ਡਿਪਸੀ ਦੇ ਮਗਰ ਪਾ ਕੇ ਅਤੇ ਧੋਇਆ ਕੇਸ ਬੰਨ ਕੇ ਉਹਦੇ ਅੱਛਾ ਇੱਥੋਂ ਹਾਂਜੀ ਹਾਂ ਅਤੇ ਬਹੁਤ ਜਿਪਸੀ ਦੇ ਮਗਰ ਹਾਂਜੀ ਬੜੀ ਮਾੜੀ ਹਾਲਤ ਨਾਲ ਉਹਨੂੰ ਸ਼ਹੀਦ ਕੀਤਾ ਉਸ ਤਰ੍ਹਾਂ ਪਰ ਉਹਨੇ ਦੱਸਿਆ ਕੁਛ ਨਹੀਂ ਇਹ ਵੇਖ ਲਓ ਵਾਗਰੂ ਉਹਨਾਂ ਨੇ ਉਹ ਆਪਣੇ ਸਿਰ 'ਤੇ ਭੁਗਤੇ ਆ ਜੋ ਜਿੰਨੀ ਵੀ ਉਹਨਾਂ ਸੇਵਾ ਕੀਤੀ ਆ ਨਾ ਉਹਦੇ ਅਕਾਲ ਪੁਰਖ ਦੇ ਭਾਣੇ 'ਚ ਹੀ ਕੀਤੀ ਆ ਅਤੇ ਹੋਰ ਘਰ ਵਿੱਚ ਵੀ ਕਦੀ ਉਹਨੇ ਵੀ ਆ ਲੋਕ ਪੈਸੇ ਧੇਲੇ ਕਦੀ ਉਹਨੇ ਤੁਹਾਨੂੰ ਦੱਸਿਆ ਵੀ ਸਬਜ਼ੀ ਲਈ ਪੈਸਾ ਵੀ ਨਹੀਂ ਸਾਨੂੰ ਦਿੰਦਾ ਹੁੰਦਾ ਕੀ ਕਹਿੰਦਾ ਹੁੰਦਾ ਸੀ ਕਹਿੰਦਾ ਹੁੰਦਾ ਸੀ ਚਾਰ ਹੈਗਾ ਨਾ ਮਾਤਾ ਨੇ ਕਿਸੇ ਵੇਲੇ ਖਿੱਚ ਕੇ ਆਖਣਾ ਨਾ ਵੀ ਇੰਨੇ ਨੇ ਬੰਦੇ ਜਾਂ ਤੂੰ ਸਾਨੂੰ ਪਹਿਲਾਂ ਦੱਸਿਆ ਕਰ ਉਹਨੂੰ ਕਿਹੜੇ ਵਾਗਰੂ ਫੋਨ ਹੁੰਦੇ ਸੀ ਪਹਿਲਾਂ ਦੱਸਿਆ ਕਰ ਵੀ ਇੰਨੇ ਜਾਣੇ ਆਉਣ ਡਿਆ ਤਾਂ ਅਸੀਂ ਇੰਨੀ ਦਾਲ ਸਬਜ਼ੀ ਥੋੜ੍ਹਾ ਬਣਾਈ ਆ ਨਾਲੇ ਉਹ ਕੋਈ ਟਾਈਮ ਤਾਂ ਫਿਕਸ ਨਹੀਂ ਸੀਗਾ ਉਹਨਾਂ ਦਾ ਕਿਹੜਾ ਟਾਈਮ ਹੁੰਦਾ ਚਾਹੇ ਅੱਧੀ ਰਾਤ ਨੂੰ ਆ ਜਾਣ ਚਾਹੇ ਤੜਕੇ ਆ ਜਾਣ ਵਾਗਰੂ ਹਾਂ ਇਹੋ ਗੱਲ ਸੀ ਕਈ ਵਾਰ ਤੜਕੇ 3 ਵਜੇ ਆ ਜਾਣਾ ਅੱਠ ਅੱਠ ਦਸ ਦਸ ਜਾਣੇ ਹੋਣੇ ਅਤੇ ਲੋਈਆਂ ਦੀਆਂ ਬੁੱਕਲਾਂ ਮਾਰੀਆਂ ਹੋਣੀਆਂ ਅਤੇ ਅਸਲੇ ਨਾਲ ਲੱਦੇ ਹੋਣੇ ਬੜਾ ਕੁਛ ਵਾਗਰੂ ਮੈਂ ਵੇਖਿਆ ਇਹਨਾਂ ਅੱਖਾਂ ਦੇ ਨਾਲ ਜੋ ਕੁਛ ਦੇਖਿਆ ਉਹ ਦੱਸੋ ਤੁਸੀਂ ਕੈਮਰਾ ਤੁਹਾਨੂੰ ਹੁਣ ਦੇਖ ਰਿਹਾ ਸੰਗਤਾਂ ਦੇਖ ਰਹੀਆਂ ਨੇ ਜੋ ਕੁਛ ਦੇਖਿਆ ਉਹ ਜ਼ਰੂਰ ਦੱਸੋ ਵੀ ਇਹੋ ਹੀ ਵੀ ਦੂਜਾ ਆਉਂਦੇ ਰਹੇ ਆ ਲੱਦੇ ਪੱਥੇ ਹੀ ਆਉਂਦੇ ਰਹੇ ਆ ਇਹਨੂੰ ਭੱਜ ਗਏ ਉਹਨੂੰ ਭੱਜ ਗਏ ਜਿੱਥੇ ਕਿਤੇ ਮਹਾਰਾਜ ਉਹਨਾਂ ਨੂੰ ਸੇਵਾ ਕਰਦੇ ਸੀ ਜਿੱਥੇ ਸੱਦਦੇ ਸੀ ਉੱਥੇ ਹੀ ਜਾਂਦੇ ਹੋਣਗੇ ਅਸੀਂ ਵੀ ਮੈਂ ਕਿਹੜੀ ਉਤਰਾ ਨਾਲ ਤਾਂ ਨਹੀਂ ਮੈਂ ਜਾਂਦੀ ਰਹੀ ਅਤੇ ਇਹ ਗੱਲ ਹੈਗੀ ਆ ਮੈਂ ਵੀ ਚਲੋ ਸੇਵਾ ਉਹਨਾਂ ਦੀ ਕਰਦੀ ਰਹੀ ਜਿੰਨੇ ਜੋਗੀ ਹੈ ਮਹੀਆਂ ਰੋਟੀਆਂ ਪਕਾਉਣ ਵਾਲੀ ਹੁੰਦੀ ਹਾਂ ਘਰ ਇੱਕ ਬਹੁਤ ਤਕੜਾ ਜਿਹੜਾ ਕੋਈ ਮੁਕਾਬਲਾ ਵੀ ਤੁਹਾਡੇ ਘਰੇ ਹੋਇਆ ਸੀ ਉਹ ਕਿਹੜਾ ਸੀ ਉਹ ਮੁਕਾਬਲਾ ਤੁਹਾਡੇ ਘਰ ਨੂੰ ਘੇਰਾ ਪਿਆ ਸੀ ਹਾਂਜੀ ਮੇਰੀ ਨਾ ਸੱਸ ਦਾ ਭਤੀਜਾ ਸੀ ਤੇ ਉਹ ਅੰਦਰ ਭਾਜੀ ਡਿਆ ਸੀ ਹਥਿਆਰ ਹੀ ਸਾਫ ਕਰਨ ਉਹਦਾ ਨਾਂ ਕੀ ਸੀ ਗੁਰਮੇਜ ਸਿੰਘ ਭੋਆ ਕਹਿੰਦੇ ਹੁੰਦੇ ਸੀ ਉਹਨੂੰ ਉਹ ਵੀ ਬੱਬਰ ਹੀ ਸੀ ਵੈਸੇ ਗੁਰਮੇਜ ਸਿੰਘ ਭੋਆ ਭੋਆ ਹਾਂਜੀ ਬੱਬਰ ਬੱਬਰ ਹਾਂਜੀ ਅਤੇ ਉਹ ਅੰਦਰ ਡਿਆ ਸੀ ਕਰਨ ਇਸ ਤਰ੍ਹਾਂ ਸਾਫ ਅਤੇ ਉਹ ਤੁਹਾਨੂੰ ਦੱਸਿਆ ਵੀ ਗੁਆਂਢੀਆਂ ਦਾ ਬੰਦਾ ਆ ਕੇ ਬੋਲਿਆ ਨਾ ਆਪਣੇ ਵਿਹੜੇ 'ਚ ਸਾਡੀ ਅਤੇ ਉਹਨਾਂ ਦੀ ਕੰਧ ਨਿੱਘੀ ਨਿੱਘੀ ਉਹ ਭੱਜ ਕੇ ਬਾਹਰ ਨਿਕਲਿਆ ਵੀ ਉਹਨਾਂ ਦੀ ਰਾਤ ਕੋਠਾ ਡਿੱਗ ਪਿਆ ਸੀ ਅਤੇ ਉਹਨਾਂ ਨੂੰ ਇਹ ਪੁੱਛਣ ਲੱਗ ਪਿਆ ਵੀ ਤੁਸੀਂ
ਰਾਤੀ ਸਾਨੂੰ ਡਰਾ ਹੀ ਦਿੱਤਾ ਉਹਨਾਂ ਚਿਰ ਨੂੰ ਗੱਡੀਆਂ ਆ ਕੇ ਸਾਡੇ ਬੂਹੇ ਗੜੀ ਵਾਗਰੂ ਖਲੋ ਗਈਆਂ ਆਉਂਦੇ ਕਰਨ ਲੱਗ ਪਏ ਵੀ ਬਾਹਾਂ ਖੜੀਆਂ ਕਰ ਲਓ ਬਾਹਾਂ ਖੜੀਆਂ ਕਰ ਲਓ ਉਹਨੇ ਬਾਹਾਂ ਖੜੀਆਂ ਕਰ ਲਈਆਂ ਉਹਨੂੰ ਪੁੱਛਿਆ ਵੀ ਤੇਰਾ ਨਾਂ ਕੀ ਆ ਅਤੇ ਉਹ ਆਉਂਦਾ ਮੇਰਾ ਨਾਂ ਸਤਨਾਮ ਸੋ ਉਹਨੇ ਮੇਰੇ ਛੋਟੇ ਦੇਰ ਦਾ ਜਿਹੜਾ ਹੁਣ ਆਇਆ ਸੀ ਨਾ ਉਹਦਾ ਨਾਂ ਦੱਸ ਦਿੱਤਾ ਅਤੇ ਉਹਨਾਂ ਨੇ ਆਉਂਦਿਆਂ ਵਾਗਰੂ ਜਦੋਂ ਮੁਕਾਬਲਾ ਆਇਆ ਸਾਡੇ ਚਾਰ ਚਫੇਰੇ ਉਹਨਾਂ ਨੇ ਤੁਹਾਨੂੰ ਦੱਸਿਆ ਗੰਨਾ ਬੀੜ ਲਈਆਂ ਲੋਕਾਂ ਦੇ ਕੋਠਿਆਂ 'ਤੇ ਚੜ੍ਹ ਚੜ੍ਹ ਕੇ ਮਸ਼ੀਨਾਂ ਜਿਹੀਆਂ ਵੱਡੀਆਂ ਵੱਡੀਆਂ ਅਤੇ ਉਹ ਆਉਂਦਾ ਮੈਨੂੰ ਪਾਣੀ ਪੀ ਲੈਣ ਦਿਉ ਉਹ ਨਲਕੇ 'ਚ ਵੜਿਆ ਵਾ ਉਹਨੇ ਆਪਣੇ ਕਾਲਰ 'ਚੋਂ ਹੀ ਖਾ ਲਿਆ ਵਾ ਪਤਾ ਨਹੀਂ ਕੀ ਖਾ ਲਿਆ ਅਤੇ ਉੱਥੇ ਲੱਟ ਪਟਾਣਾ ਹੋ ਗਿਆ ਅਤੇ ਜਿਹੜਾ ਇੱਧਰਲੇ ਪਾਸੇ ਬੈਠਾ ਸੀ ਇੱਕ ਮਸ਼ੀਨ ਬੀੜ ਕੇ ਉਹ ਮੈਨੂੰ ਆਉਂਦਾ ਭੈਣਾ ਅੰਦਰ ਬੰਦੇ ਹੈਗੇ ਮੈਂ ਜਾਣ ਕੇ ਕਹਿਤਾ ਹੈਗੇ ਆ ਹੈਗਾ ਨਹੀਂ ਸੀ ਕੋਈ ਅੰਦਰ ਗੁਰਮੇਜ ਸਿੰਘ ਇਕੱਲਾ ਹੀ ਅਤੇ ਉਹ ਬਾਹਰ ਆ ਗਿਆ ਅਤੇ ਉਹ ਦੂਜਾ ਆਉਂਦਾ ਬੂਹਾ ਖੋਲ੍ਹ ਅਤੇ ਮੈਂ ਕਦੀ ਅੱਖਾਂ ਵੀ ਖੋਲ੍ਹਾਂ ਕਦੀ ਅੱਖਾਂ ਨਾ ਖੋਲ੍ਹਾਂ ਮੈਂ ਦੋ ਪੈਰ ਗਾਂਹ ਗਈ ਤਾਂ ਮੈਨੂੰ ਆਉਂਦਾ ਵੀ ਖੋਲ੍ਹ ਦੀਆਂ ਕਿ ਮਾਰਾਂ ਗੋਲੀ ਮੈਂ ਫਿਰ ਬੂਹਾ ਖੋਲ੍ਹਤਾ ਵਾਗਰੂ ਅਤੇ ਉੱਥੇ ਅੰਦਰ ਤਾਂ ਹੈ ਨਹੀਂ ਸੀ ਕੋਈ ਵੀ ਅਤੇ ਮੈਂ ਝੂਠ ਹੀ ਬੋਲਿਆ ਵੀ ਹੈਗੇ ਬੰਦੇ ਮੈਂ ਕਿਹਾ ਚੱਲ ਕੁਛ ਆਖਣਗੇ ਨਾ ਮੈਨੂੰ ਉਹ ਮੁੜ ਕੇ ਉਹਨਾਂ ਚਿਰ ਨੂੰ ਇੱਧਰ ਵਾਲਾ ਜਿਹੜਾ ਬੈਠਾ ਸੀ ਨਾ ਉਹ ਮੈਨੂੰ ਆਉਂਦਾ ਵਾ ਵੀ ਉਹ ਹੈਗਾ ਸੀ ਖਜਾਲੇ ਦਾ ਵਾਗਰੂ ਪੁਲਿਸ ਵਾਲਾ ਅਤੇ ਉਹ ਮੇਰੇ ਆਦਮੀ ਨੂੰ ਜਾਣਦਾ ਸੀ ਪੀ ਟੀ ਆਉਂਦੇ ਹੁੰਦੇ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਵਿੱਚੋਂ ਹੀ ਮੁਲਾਜ਼ਮ ਉਹ ਹਾਂਜੀ ਨਾਂ ਦਾ ਨਹੀਂ ਆ ਸ਼ਰਬਜੀਤ ਹਾਂ ਹਾਂ ਅਤੇ ਉਹਨੇ ਮੈਨੂੰ ਉਹਨੂੰ ਪਤਾ ਸੀ ਵੀ ਇਹ ਜਹੇਦਾਰ ਦਾ ਘਰ ਵਾ ਉਹ ਮੈਨੂੰ ਆਉਂਦਾ ਭੈਣਾ ਨਿਕਲਿਆ ਜਾਂਦਾ ਅਤੇ ਨਿਕਲ ਜਾ ਇੱਥੋਂ ਪਤਾ ਨਹੀਂ ਹੁਣ ਕੀ ਬਣਨਾ ਹੈ ਫਿਰ ਵਾਗਰੂ ਮੈਂ ਗਵਾਂਢੀਆਂ ਦੇ ਘਰ ਕਾਕਾ ਮੇਰਾ ਤੁਹਾਨੂੰ ਦੱਸਿਆ ਠੀਕ ਨਹੀਂ ਸੀ ਉਹਨੂੰ ਮੈਂ ਮੋਢੇ ਲਾ ਲਿਆ ਅਤੇ ਲੈ ਕੇ ਮੈਂ ਉਹਨਾਂ ਦੇ ਘਰ ਗਈ ਅਤੇ ਉੱਥੇ ਮੈਂ ਜਾ ਕੇ ਆਪਣਾ ਸਿਰ ਦਾ ਲੀੜਾ ਲਾ ਕੇ ਅਤੇ ਮੈਂ ਜਾ ਕੇ ਦਰੀ ਲੱਗੀ ਉਹਨਾਂ ਘਰ ਮੈਂ ਦਰੀ ਉਣਨ ਲੱਗ ਪਈ ਅਤੇ ਮੁੜ ਕੇ ਮੁਕਾਬਲਾ ਹੋਇਆ 2-3 ਘੰਟੇ ਤਾਂ ਲਗਾਤਾਰ ਹੋਇਆ ਅਤੇ ਮੁੜ ਕੇ ਤਾਂ 2-3 ਦਿਨ ਰਹੀ ਪੁਲਿਸ ਸਾਡੇ ਘਰ ਹੀ ਮਤਲਬ ਇਹ ਜਿਹੜੀ ਪੁਲਿਸ ਸੀ ਕਿੱਥੋਂ ਦੀ ਸੀ ਕਿੱਥੋਂ ਪਹਿਲਾਂ ਤਾਂ ਇੱਥੇ ਦਮਦਮਾ ਸੀ ਵਾਹਿਗੁਰੂ ਗੁਰਦੁਆਰੇ ਅਤੇ ਉੱਥੇ ਆਈ ਆ ਪੁਲਿਸ ਇੱਥੋਂ ਦੀ ਹੋਊ ਲਾਗੇ ਬੰਨੇ ਦੀ ਕਿੱਥੋਂ ਨੰਗਲ ਦੀ ਹੋਵੇਗੀ ਸ਼ਾਇਦ ਜਾਂ ਤਰਸਿੱਕੇ ਦੀ ਹੋਵੇ ਮੈਨੂੰ ਇੰਨਾ ਨਹੀਂ ਪਤਾ ਉੱਥੋਂ ਉਹਨਾਂ ਨੇ ਇੱਕ ਵਾਹਿਗੁਰੂ ਫੜ ਕੇ ਲਿਆਂਦਾ ਵਾ ਛੋਟਾ ਜਿਹਾ ਮੁੰਡਾ 12-13 ਸਾਲ ਦਾ ਉਹਦੇ ਜੇਬ ਵਿੱਚੋਂ ਨਿਕਲਿਆ ਸੀ ਰਣਜੀਤ ਸਿੰਘ ਬੱਬਰ ਦਾ ਰੁੱਕਾ ਉਹ ਮੁੰਡਾ ਛੋਟੀ ਉਮਰ ਦਾ ਸੀ ਉਹ ਕਹਿੰਦਾ ਸੀ ਮੈਂ ਨਾਲ ਰਲਣਾ ਵਾ ਉਹਨੂੰ ਕਿਸੇ ਨੇ ਰੁੱਕਾ ਦਿੱਤਾ ਸੀ ਵੀ ਰਣਜੀਤ ਸਿੰਘ ਬੱਬਰ ਦੇ ਘਰ ਚੱਲ ਜਾ ਉਹਦਾ ਕੁਛ ਨਾਂ ਪਤਾ ਤੁਹਾਨੂੰ ਉਸ ਜਿਹੜਾ ਉਹ ਮੈਨੂੰ ਨਾਂ ਦਾ ਨਹੀਂ ਪਤਾ ਨਾਂ ਦਾ ਨਹੀਂ ਕਿਹੜੇ ਪਿੰਡ ਦਾ ਸੀ ਵੀ ਨਹੀਂ ਪਤਾ ਉਹਨਾਂ ਨੂੰ ਪਤਾ ਮੈਨੂੰ ਤਾਂ ਨਹੀਂ ਪਤਾ ਵਾਗਰੂ ਹੈਗਾ ਉਸ ਤਰ੍ਹਾਂ ਸਾਡੇ ਏਰੀਏ ਦਾ ਹੀ ਕਿਹੜੇ ਪਿੰਡ ਦਾ ਸੀਗਾ ਜੀ ਪਤਾ ਕੁਛ ਤੁਹਾਨੂੰ ਨਹੀਂ ਮੈਂ ਜਦੋਂ ਹੈਗਾ ਆਪਣੇ ਦਿੱਲੀ ਤੇ ਉਹ ਮੁੰਡੇ ਦੇ ਜੋ ਨਾ ਉਦੋਂ ਡੇਰਿਆਂ ਦੀ ਵੀ ਵਾਹਿਗੁਰੂ ਕਰਦੇ ਹੁੰਦੇ ਸੀ ਤਲਾਸ਼ੀ ਉਹ ਡੇਰੇ ਦੀ ਇੱਥੇ ਬਾਹਰ ਵਾਰਿਆ ਗੁਰਦੁਆਰਾ ਅਤੇ ਡੇਰੇ ਦੀ ਤਲਾਸ਼ੀ ਕਰਕੇ ਉਹ ਨਿਕਲ ਤੁਰੇ ਆਉਂਦੇ ਮਗਰੋਂ ਸਾਨੂੰ ਪਤਾ ਲੱਗਾ ਵਾ ਅਤੇ ਉਹ ਮੁੰਡਾ ਨੇ ਕੀ ਕੀਤਾ ਵੀ ਉਹ ਰੁੱਕਾ ਕੱਢ ਕੇ ਨਾ ਲੱਗਾ ਪਾੜਨ ਉਹ ਕਿਸੇ ਮੁਲਾਜ਼ਮ ਨੇ ਵੇਖ ਲਿਆ ਉਹਨੇ ਉਸੇ ਵੇਲੇ ਆਖਿਆ ਗੋਲੀ ਮਾਰ ਦੂੰ ਜੇ ਪਾੜਿਆ ਰੁੱਕਾ ਤਾਂ ਉਹ ਜਦੋਂ ਰੁੱਕਾ ਵੇਖਿਆ ਨਾ ਉਹਨਾਂ ਪੜਿਆ ਤਾਂ ਸਾਡੇ ਘਰ ਦਾ ਡਰੈਸ ਸੀ ਉਹ ਸਿੱਧੀਆਂ ਗੱਡੀਆਂ ਸਾਡੇ ਇਤਰਾ ਮੁਕਾਬਲਾ ਹੋਇਆ ਸਾਡੇ ਘਰ ਅੱਛਾ ਸਿੱਧੀਆਂ ਗੱਡੀਆਂ ਰੁੱਕੇ ਦੇ ਰੁੱਕਾ ਜਿਹੜਾ ਸੀ ਰੁੱਕੇ ਨੇ ਫੜਾਇਆ ਸਾਡੇ ਘਰ ਹਾਂ ਤੇ ਆਉਂਦਿਆਂ ਨੂੰ ਗੁਰਮੇਜ ਭੋਆ ਸੀ ਸਾਡੇ ਘਰ ਹਥਿਆਰਾਂ ਦੀ ਪੰਡ ਲੈ ਕੇ ਬੈਠਾ ਉਹ ਸਾਫ਼ ਕਰਨ ਡਿਆ ਸੀ ਅਤੇ ਸਾਨੂੰ ਉੱਥੇ ਫਿਰ ਇੱਕ ਸਾਡੇ ਪਿੰਡ ਦਾ ਹੀ ਗ੍ਰੰਥੀ ਉਹੀ ਟਪਈਆਂ ਦਾ ਮੁੰਡਾ ਮਜ਼ਬੀਆਂ ਦਾ ਅਤੇ ਸਾਡੇ ਗੁਰਦੁਆਰੇ ਬੈਠਾ ਸੀ ਇੱਥੇ ਇੱਕ ਉਹ ਨਾਲ ਉਹ ਵੀ ਮੇਰਾ ਖਿਆਲ ਗੁਰਮੇਜ ਨੂੰ ਮਿਲਣ ਆ ਗਿਆ ਉੱਧਰੋਂ ਪੁਲਿਸ ਆ ਗਈ ਅਤੇ ਉੱਧਰੋਂ ਉਹ ਸਾਡੇ ਘਰ ਵੜ ਗਿਆ ਉਹਦੇ ਕੋਲ ਵੀ ਰੁੱਕਾ ਹੀ ਨਿਕਲਿਆ ਸੀ ਉਹ ਰੁੱਕਾ ਸੀ ਇੱਧਰ ਕਿਤੇ ਘੱਲਣਾ ਸੀ ਇਹਨਾਂ ਨੇ ਪਾਰਟੀ ਨੇ ਦਿੱਤਾ ਲਿਖ ਕੇ ਸ਼ਰਾਬੀ ਕੋਈ ਸ਼ਰਾਬ ਪੀਂਦੇ ਸੀ ਗ੍ਰੰਥੀ ਸੀ ਅਤੇ ਸ਼ਰਾਬ ਪੀਂਦਾ ਸੀ ਅਤੇ ਉਹਨੂੰ ਇਹਨਾਂ ਨੇ ਘੱਲਿਆ ਵੀ ਜਾਂ ਤਾਂ ਸੁਧਰ ਜਾ ਅਤੇ ਜਾਂ ਅਸੀਂ ਫਿਰ ਤੇਰਾ ਦੂਜੀ ਤਰ੍ਹਾਂ ਪਤਾ ਲਵਾਂਗੇ ਉਹਦੇ ਕੋਲ ਉਹ ਰੁੱਕਾ ਨਿਕਲਿਆ ਤਿੰਨ ਉਹ ਸਾਡੇ ਘਰ ਸ਼ਹੀਦ ਕੀਤੇ ਇਹਨਾਂ ਨੇ ਇੱਕ ਗ੍ਰੰਥੀ ਅਤੇ ਇੱਕ ਉਹ ਮੁੰਡਾ ਅਤੇ ਇੱਕ ਇਹ ਗੁਰਮੇਜ ਭੋਆ ਗੁਰਮੇਸ਼ ਭੋਆ ਹਾਂਜੀ ਹਾਂਜੀ ਇਹ ਤੁਹਾਡੇ ਇਸ ਘਰ ਦੇ ਵਿੱਚ ਸ਼ਹੀਦ ਹੋਏ ਹਾਂਜੀ ਇਹਨਾਂ ਸਾਡੀ ਛੱਤ ਪਾੜ ਕੇ ਪਹਿਲੋਂ ਲੈ ਗਏ ਆ ਵਾਹਿਗੁਰੂ ਗੱਡੀਆਂ 'ਚ ਪਾ ਕੇ ਅਤੇ ਉੱਥੇ ਆਉਂਦੇ ਨਹਿਰ 'ਤੇ ਵੀ ਇਹਨਾਂ ਗੋਲੀਆਂ ਮਾਰੀਆਂ ਫਿਰ ਇਹਨਾਂ ਸਾਡੇ ਅੰਦਰ ਕਮਰੇ 'ਚ ਸੁੱਟ ਕੇ ਉੱਤੋਂ ਛੱਤ ਪਾੜ ਕੇ ਫਿਰ ਇਹਨਾਂ ਨੇ ਥੱਲੇ ਗੋਲੀਆਂ ਉਹਨਾਂ ਨੂੰ ਮੁੱਕਿਆਂ ਨੂੰ ਮਾਰੀਆਂ ਮਾਰ ਕੇ ਬਾਹਰੋਂ ਲਿਆਏ ਆ ਅਤੇ ਫਿਰ ਇੱਥੇ ਆ ਕੇ ਅਤੇ ਅੰਦਰ ਸਾਡੇ ਪਾ ਕੇ ਅਤੇ ਫਿਰ ਇਹਨਾਂ ਗੋਲੀਆਂ ਅਤੇ ਸਾਡਾ ਜਿੰਨਾ ਸਮਾਨ ਸਾਰਾ ਇਹਨਾਂ ਨੇ ਦੁਕਾਨ ਹੁੰਦੀ ਸਾਡੀ ਸਾਰਾ ਸਮਾਨ ਸਾਡਾ ਲੈ ਗਏ ਲੱਦ ਕੇ ਲੁੱਟ ਕੇ ਲੈ ਗਏ ਲੁੱਟ ਕੇ ਹਾਂ ਗੱਡੀਆਂ 'ਚ ਉਹ ਮੈਨੂੰ ਗਵਾਂਢਣਾ ਆਖਣ ਵੀ
ਹਾਏ ਚਾਚੀ ਤੁਹਾਡਾ ਸਮਾਨ ਸਾਰਾ ਲੱਦੀ ਜਾਂਦੇ। ਉਦੋਂ ਦੁਕਾਨ ਚੰਗੀ ਹੁੰਦੀ ਸੀ, ਸਾਬਣ ਸੂਬਣ ਸਾਰਾ ਸਮਾਨ ਮਨਿਆਰੀ ਦਾ ਵੀ ਰੱਖਿਆ ਹੁੰਦਾ ਸੀ, ਕੱਚੇ ਬਨੈਣਾ ਬੰਦਿਆਂ ਦੀਆਂ ਸਭ ਕੁਛ। ਅਤੇ ਮੈਂ ਕਿਹਾ ਜੋ ਜਾਂਦੇ ਆ ਲਈ ਜਾਣ ਦਿਉ, ਤੁਸੀਂ ਇਹ ਨਾ ਦੱਸਿਓ ਵੀ ਇੱਥੇ ਆ। ਮੁੜ ਕੇ ਬੜੇ ਉੱਧਰ ਜਿੱਧਰ ਮੈਂ ਦਰੀ 'ਤੇ ਬੈਠੀ ਹਾਂ, ਬੜੀ ਉੱਥੇ ਸਾਰੀਆਂ ਗੱਡੀਆਂ ਵਾਲੇ ਉੱਥੇ ਗਏ ਆ ਫੋਰਸ, ਵੀ ਆਓ ਉਹਨਾਂ ਦੇ ਘਰ ਆ ਕੇ ਅਤੇ ਵੇਖੋ ਵੀ ਕੌਣ ਆ ਬੰਦੇ, ਪਛਾਣੋ। ਅਤੇ ਮੈਂ ਦਿਲ 'ਚ ਸੋਚਿਆ ਮੈਂ ਹਾਂ ਅੱਗੇ ਨਹੀਂ ਮਰੀ ਹੁਣ ਮਰੀ। ਉਹਨਾਂ ਦੀਆਂ ਕੁੜੀਆਂ ਨੂੰ ਆਉਂਦੇ ਆ ਵੀ ਆਇਓ ਤੁਸੀਂ ਗੁੱਡੀ ਵੇਖੋ ਉਹ ਕੌਣ ਵਾ। ਉਹ ਆਉਂਦੀਆਂ ਵੀ ਉਹ ਨਹੀਂ ਸਾਡੇ ਨਾਲ ਬੋਲਦੇ, ਅਸੀਂ ਨਹੀਂ ਉਹਨਾਂ ਘਰ ਜਾਂਦੇ ਹੁੰਦੇ। ਅਤੇ ਫਿਰ ਵੀ ਗਾਲਾਂ ਕੱਢੀਆਂ ਉਹਨਾਂ ਨੇ। ਅਤੇ ਉਹ ਜਿਹਦੇ ਘਰ ਮੈਂ ਬੈਠੀ ਹਾਂ, ਵਾਹਗੁਰੂ ਵਿਹੜਾ ਸੀ ਬੜਾ ਤਗੜਾ, ਤਿੰਨ ਘਰ ਸੀ ਉੱਥੇ ਰਹਿੰਦੇ। ਅਤੇ ਦੂਜੇ ਪਾਸੇ ਜਿੱਥੇ ਜਿੱਥੇ ਦੁਨੀਆ ਬੈਠੀ ਖਲੋਤੀ ਸੀ ਨਾ, ਉੱਥੇ ਉੱਥੇ ਇਹਨਾਂ ਨੇ ਵਾਹਗੁਰੂ ਬਾਤਾ ਸੀ ਵੀ ਕਿਸੇ ਨੇ ਚਿੜੀ ਨਹੀਂ ਫਰਕਣ ਦਿੱਤੀ ਕਿ ਦੋ ਤਿੰਨ ਘੰਟੇ। ਉਹ ਦੋ ਜਾਣੇ ਉੱਠ ਕੇ ਅਤੇ ਆ ਗਏ, ਇੱਕ ਉਹ ਘਰ ਵਾਲਾ ਸੀ ਗੁਆਂਢੀ ਅਤੇ ਇੱਕ ਥੋੜ੍ਹਾ ਜਿਹਾ ਉਹਦਾ ਇੱਧਰ ਘਰ ਸੀ। ਅਤੇ ਜਦੋਂ ਮੈਨੂੰ ਆਉਂਦੇ ਨਾ ਵੀ ਚੱਲ ਮਾਤਾ ਤੂੰ ਉੱਠ ਵੇਖ ਪਛਾਣ ਕੌਣ ਵਾ, ਮੈਂ ਦਿਲ 'ਚ ਸੋਚਿਆ ਮੈਂ ਕਿਹਾ ਅੱਗੇ ਨਹੀਂ ਮਰੀ ਹੁਣ ਮਰੀ ਮੈਂ ਕਿਹਾ। ਪਰ ਉਹਨਾਂ ਚਿਰ ਨੂੰ ਉਹ ਬੰਦੇ ਜਿਹੜੇ ਸੀ ਨਾ ਦੋ, ਉਹ ਆ ਗਏ। ਉਹ ਆ ਗਏ ਅਤੇ ਉਹਨਾਂ ਨੂੰ ਆਉਂਦੇ ਜਵਾਨੋ ਤੁਸੀਂ ਕਿੱਥੋਂ ਜੇ ਆਉਂਦੇ? ਇੱਕ ਕਹਿੰਦਾ ਮੇਰਾ ਆਹ ਘਰ, ਇੱਕ ਕਹਿੰਦਾ ਮੇਰਾ ਉਹ ਥੋੜ੍ਹਾ ਜਿਹਾ ਪਰੇ ਆ ਘਰ। ਮੈਨੂੰ ਆਉਂਦੇ ਮਾਤਾ ਬਹਿ ਜਾ ਤੂੰ, ਅਤੇ ਚੱਲ ਮੈਂ ਕਿਹਾ ਚੱਲ। ਉਹ ਮੁੜ ਕੇ ਮੇਰੇ ਵੱਲ ਆਇਆ ਹੀਰਾ ਭਾਅ ਜੀ, ਹੀਰਾ ਆਉਂਦਾ ਵੀ ਭਾਬੀ ਤੂੰ ਨਾ ਆਖੀ, ਮੈਂ ਉਹਨਾਂ ਦੀ ਬੁੱਢੀ। ਮੈਂ ਕਿਹਾ ਹੈ ਵੀ ਮੈਂ ਕੀ ਆਖਣਾ, ਤੁਸੀਂ ਨਾ ਦੱਸ ਦਿਓ। ਪਰ ਉਹਨਾਂ ਨਹੀਂ ਦੱਸਿਆ ਵਾਹਿਗੁਰੂ, ਅਤੇ ਮੈਂ ਤਾਂ ਬਚ ਗਈ। ਫਿਰ ਉਹ ਜਿਹੜੇ ਘਰ ਵਾਲੇ ਸੀ ਨਾ ਬੱਚਿਆਂ ਦੇ ਮਾਂ ਪਿਓ, ਉਹ ਸਾਡੇ ਪਿੰਡ ਦਾ ਨਾਈਆਂ ਦਾ ਜਵਾਈ ਪੂਰਾ ਹੋਇਆ ਸੀ, ਉਹ ਸਾਰੇ ਉੱਥੇ ਮਕਾਣੇ ਗਏ ਸੀ। ਅਤੇ ਉਹਨਾਂ ਦੇ ਢਿੱਡ 'ਚ ਵੀ ਇਹ ਇਹਨਾਂ ਕੁੜੀਆਂ ਦੀ ਮਾਂ ਵਾ। ਜਦੋਂ ਉਹ ਆਏ ਨਾ, ਫਿਰ ਉਹ ਫਿਰ ਮੈਨੂੰ ਆਖਣ ਲੱਗਾ ਵੀ ਮੇਰਾ ਛੋਟਾ ਨਾਲ ਛਿੰਦੀ ਆ। ਉਹ ਮੈਨੂੰ ਕਹਿੰਦਾ ਛਿੰਦੀ ਮੇਰੀ ਗੱਲ ਸੁਣ, ਵੀ ਉਤਰਾਂ ਹੀ ਤੇਰੇ ਨਾਲ ਵਾਂ ਸਾਰੇ, ਪਰ ਇਹਨਾਂ ਦੇ ਗਾੜੀ ਕੋਈ ਕਰ ਨਹੀਂ ਅਸੀਂ ਸਕਦੇ। ਅਤੇ ਅੱਗੇ ਨਹੀਂ ਸੀ ਕਿਸੇ ਨੂੰ ਪਤਾ, ਜਦੋਂ ਇਹ ਚਲੇ ਗਏ ਨਾ ਇੱਕ ਵਾਰੀ ਮੁਕਾਬਲਾ ਕਰਕੇ ਚਲੇ ਗਈਆਂ ਗੱਡੀਆਂ, ਅਤੇ ਬੰਦੇ ਜਿਹੜੇ ਸ਼ਰਕ 'ਤੇ ਸੀ ਸਾਡੇ ਘਰ ਥੋੜ੍ਹਾ ਚਿਰ ਨਹੀਂ ਕੋਈ ਵੜਿਆ ਉਦੋਂ, ਅਤੇ ਬਾਅਦ ਵਿੱਚ ਆ ਕੇ ਫਿਰ ਸਾਡੇ ਕੋਠਿਆਂ 'ਤੇ ਬੈਠੇ ਰਹੇ। ਉਹ ਮੈਨੂੰ ਫਿਰ ਘਰ ਵਾਲਾ ਆਉਂਦਾ ਵੀ ਅੱਗੇ ਕਿਸੇ ਨੇ ਵੇਖਿਆ ਸੀ, ਕਿਸੇ ਨੇ ਤੈਨੂੰ ਨਹੀਂ ਹੀ ਵੇਖਿਆ। ਅਤੇ ਹੁਣ ਇਹ ਬਾਹੂ ਆ ਗਏ ਫਿਰ, ਅਤੇ ਉਹ ਕਿਸੇ ਨੇ ਦੱਸ ਦਿੱਤਾ ਨਾ ਵੀ ਇਹਨਾਂ ਦੇ ਘਰ ਬੈਠੀ ਸੀ ਉਹਨਾਂ ਦੀ ਜਨਾਨੀ, ਅਤੇ ਸਾਨੂੰ ਵੀ ਧੂਣਗੇ ਅਤੇ ਤੈਨੂੰ ਵੀ ਪਰੇਸ਼ਾਨ ਕਰਨਗੇ, ਅਤੇ ਹੁਣ ਤੂੰ ਇੱਥੋਂ ਵੀ ਵਿੱਚੋਂ ਵੀ ਚਲੇ ਜਾ। ਮੈਂ ਸਮਝ ਗਈ ਗੱਲ, ਮੈਂ ਗੱਲਾਂ ਬਾਤਾਂ ਤਾਂ ਸੁਣਦੀ ਰਹਿੰਦੀ ਹਾਂ ਲੋਕਾਂ ਦੀਆਂ ਵੀ ਆਹ ਹੋਇਆ ਉਹ ਹੋਇਆ। ਫਿਰ ਨਾ ਮੈਂ ਭਾਅ ਜੀ ਪਹਿਲਾਂ ਮੈਂ ਆਪਣਾ ਲੀੜਾ ਲਾ ਕੇ ਉਹਨਾਂ ਦੀ ਮਾਂ ਦਾ ਲੀੜਾ ਲਿਆ, ਫਿਰ ਮੈਂ ਉਹਨਾਂ ਨੂੰ ਆਖਿਆ ਵੀ ਜੇ ਮੈਨੂੰ ਸ਼ਰਕ 'ਤੇ ਉਹਨਾਂ ਵੇਖ ਲਿਆ ਵੀ ਆਹ ਬੁੱਢੀ ਉੱਥੇ ਸੀ, ਅਤੇ ਮੈਂ ਉਹਨਾਂ ਨੂੰ ਆਖਿਆ ਮੈਨੂੰ ਹੁਣ ਆਪਣੀ ਬੀਬੀ ਦਾ ਲੀੜਾ ਦਿਓ। ਫਿਰ ਮੈਂ ਉਹਨਾਂ ਦਾ ਚਿੱਟਾ ਲੀੜਾ ਲੈ ਕੇ, ਅਤੇ ਇੱਧਰ ਸਾਡੇ ਨਾ ਡੇਰੇ 'ਤੇ ਮੇਰੀ ਸੱਸ ਦੀ ਭੈਣ ਆ, ਵਾਹਵਾ ਦੂਰ ਆ ਇੱਥੋਂ ਵਾਹਗੁਰੂ, ਚਿੰਡੇ ਨੂੰ ਜਾਈਏ ਤਾਂ ਰਾਹ 'ਚ ਘਰ ਆ ਉਹਨਾਂ ਦਾ। ਮੈਂ ਫਿਰ ਡਾਂਡੇ ਮੀਂਡੇ ਰਾਤ ਦੇ 7 ਵੱਜ ਗਏ, ਅਤੇ ਮੈਂ ਫਿਰ ਡਾਂਡੇ ਮੀਂਡੇ ਉਹਨਾਂ ਦੇ ਘਰ ਗਈ। ਫਿਰ ਉਹਨਾਂ ਨੇ ਮੈਨੂੰ ਰਾਤ ਹੀ ਇਹਨਾਂ ਨੇ ਮੈਨੂੰ ਭੋਏ ਪਹੁੰਚਾਇਆ, ਉੱਥੇ ਮੇਰੀ ਸੱਸ ਸਿੱਧੀ ਚਲੇ ਗਈ ਸੀ, ਤੁਹਾਨੂੰ ਦੱਸਿਆ ਨਾ ਘਰ ਨਹੀਂ ਸੀ। ਅਤੇ ਜਦੋਂ ਮੁਕਾਬਲਾ ਹੋ ਕੇ ਹਟਿਆ ਤਾਂ ਉਹਨੂੰ ਖਜਾਲੇ ਸੀ ਨਾ, ਬੜੀ ਦੂਰ ਤੱਕ ਪਤਾ ਲੱਗ ਗਿਆ ਸੀ ਖਜਾਲੇ, ਉਹਨਾਂ ਨੂੰ ਕਿਸੇ ਨੇ ਦੱਸ ਦਿੱਤਾ ਵੀ ਤੁਹਾਡੇ ਘਰ ਮੁਕਾਬਲਾ ਹੋ ਗਿਆ। ਅਤੇ ਫਿਰ ਉਹ ਭੋਏ ਭੋਏ ਚਲੇ ਗਈ ਪੇਕੇ। ਫਿਰ ਮੈਨੂੰ ਉਹ ਮਾਸੜ ਜੀ ਸਾਡਾ ਅਤੇ ਮਾਸੀ ਮੈਨੂੰ ਫਿਰ ਭੋਏ ਛੱਡ ਕੇ ਆਏ ਰਾਤ। ਅਤੇ ਫਿਰ ਅਗਲੇ ਦਿਨ ਸਾਨੂੰ ਗੁਰਮੇਰ ਸਿੰਘ ਦੀ ਲਾਸ਼ ਮਿਲ ਗਈ ਸੀ, ਉਹ ਫਿਰ ਅਸੀਂ ਉੱਥੇ ਸੰਸਕਾਰ ਕੀਤਾ ਭੋਏ 'ਚ ਉਹਦਾ। ਅਤੇ ਰਣਜੀਤ ਸਿੰਘ ਦਾ ਸਾਨੂੰ ਵਾਹਿਗੁਰੂ ਕੁਛ ਨਹੀਂ ਮਿਲਿਆ ਸਾਨੂੰ, ਹਾਂ ਖਬਰ ਹੀ ਮਿਲੀ ਇਸ ਤਰ੍ਹਾਂ। ਮੁੜ ਕੇ ਅਖਬਾਰ 'ਚ ਵੀ ਆ ਗਿਆ ਡੇਢ ਮਹੀਨੇ ਬਾਅਦ ਵੀ ਉਹ ਵੀ 3-4 ਜਣੇ ਸ਼ਹੀਦ ਕੀਤੇ ਸੀ, ਅਤੇ ਨਹਿਰ ਦੇ ਵਿੱਚ ਰੋੜੇ ਹੀ ਆਉਂਦੇ ਆ, ਇਸ ਤਰ੍ਹਾਂ ਸੁਣਿਆ ਅਸੀਂ। ਮਤਲਬ ਉਹ ਤਰ੍ਹਾਂ ਹੀ ਵੇਖਿਆ, ਉਹਦਾ ਕੁਛ ਨਹੀਂ ਵਿਚਾਰੇ ਉਹਦੇ ਕੋਈ ਫੁੱਲ ਨੇ ਤੁਹਾਨੂੰ ਮਿਲੇ? ਨਾ ਨਾ ਕੁਛ ਨਹੀਂ ਵਾਹਿਗੁਰੂ, ਕੁਛ ਨਹੀਂ ਮਿਲਿਆ ਉਹਨੂੰ ਮੁਕਾਬਲਾ ਬਣਾ ਕੇ ਸ਼ਹੀਦ ਕਰਕੇ ਪੰਜਾਬ ਪੁਲਿਸ ਨੇ ਕਿਸੇ ਨਹਿਰ 'ਚ ਰੋੜਤਾ ਤੁਸੀਂ ਕਹਿੰਦੇ? ਹਾਂਜੀ ਹਾਂਜੀ, ਇਸ ਤਰ੍ਹਾਂ ਹੀ ਸੁਣਿਆ ਸੀ ਵਾਹਿਗੁਰੂ ਉਦੋਂ। ਬਸ ਸੁਣਿਆ ਹੀ ਆ, ਦੇਖਿਆ ਸੁਣਿਆ ਹੀ ਆ, ਨਾ ਅਸੀਂ ਨਹੀਂ ਕੁਛ ਵੀ ਦੇਖਿਆ। ਸਾਡੇ ਘਰੋਂ ਤਾਂ ਸੇਵਾ ਲੈ ਕੇ ਗਿਆ ਟਰੱਕ, ਬਾਬਿਆਂ ਦੇ ਹੀ ਆਉਂਦੇ ਹੁੰਦੇ ਸੀ, ਅਤੇ ਸਾਰਾ ਪਿੰਡ ਗਿਆ ਸੀ ਹਿਸਾਬ ਨਾਲ, ਸੇਵਾ 'ਤੇ ਜਾਂਦੇ ਬੜੇ ਹੁੰਦੇ ਸੀ ਉਦੋਂ। ਅਤੇ ਉਹ ਮੁੜ ਕੇ ਸ਼ਾਮਾਂ ਨੂੰ ਸਾਨੂੰ ਪਤਾ ਲੱਗ ਗਿਆ ਵੀ ਸਾਰੇ ਰੌਲਾ ਪੈ ਗਿਆ ਵੀ ਫੜਿਆ ਗਿਆ। ਫਿਰ ਉਦੋਂ ਬਾਅਦ ਸਾਨੂੰ ਕੁਛ ਨਹੀਂ ਜੇ ਮਿਲਿਆ ਵਾਹਿਗੁਰੂ। ਕੁਛ ਜਿਹੜਾ ਸੰਨ ਹੈ ਯਾਦ ਹੈ ਕਦੋਂ ਸ਼ਹੀਦੀ ਹੋਈ ਹੈ ਸ਼ਹੀਦ ਭਾਈ ਰਣਜੀਤ ਸਿੰਘ ਉਹਨਾਂ ਦੀ? ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਗਰਮੇਰ ਦੀ ਤਾਂ ਹੋਈ 92 'ਚ,
ਗੁਰਮੇਲ ਉਹਦੀ ਪਹਿਲੋਂ ਹੋਈ ਆ 87 'ਚ ਹੋਈ 87 'ਚ ਹਾਂਜੀ 1987 ਹਾਂਜੀ ਸ਼ਹੀਦੀ ਹੋ ਗਈ ਸੀ ਹਾਂਜੀ ਹਾਂਜੀ ਔਰ ਗੁਰਮੇਲ ਸਿੰਘ ਬੱਬਰ ਉਹਨਾਂ ਦੀ ਤੁਹਾਡੇ ਘਰ ਜਿਹੜਾ ਮੁਕਾਬਲਾ ਹੋਇਆ ਤਿੰਨ ਸਿੰਘ 'ਚ ਸ਼ਹੀਦ ਹਾਂਜੀ ਉਹ 1992 'ਚ 6ਵਾਂ ਮਹੀਨਾ 20 ਤਰੀਕ 6ਵਾਂ ਮਹੀਨਾ ਅਤੇ 20 ਤਰੀਕ ਹਾਂਜੀ ਉਹ ਸਾਡੇ ਘਰ ਹੋਇਆ ਮੁਕਾਬਲਾ ਇੱਕ ਜਗ੍ਹਾ 'ਤੇ ਮੁਕਾਬਲਾ ਹੋਣਾ ਇੱਕ ਤਾਂ ਤੁਹਾਡਾ ਦਿਓਰ ਸ਼ਹੀਦ ਹਾਂਜੀ ਭਾਈ ਰਣਜੀਤ ਸਿੰਘ ਬੱਬਰ ਹਾਂਜੀ ਇੱਕ ਭਾਈ ਗੁਰਮੇਲ ਸਿੰਘ ਬੱਬਰ ਉਹ ਵੀ ਮੇਰਾ ਦੇਰ ਹੀ ਲੱਗਾ ਸੱਸ ਦਾ ਭਤੀਜਾ ਸੀ ਜੀ ਮਾਮਾ ਜੀ ਦਾ ਬੇਟਾ ਦੋ ਸਿੰਘ ਹੋਰ ਅਤੇ ਦੋ ਹਾਂ ਤੁਹਾਡੇ ਘਰ ਉਹ ਮੁਕਾਬਲਾ ਹੁੰਦਾ ਉੱਥੇ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਿਸੇ ਥਾਂ 'ਤੇ ਕਿਸੇ ਖਾੜਕੂ ਸਿੰਘ ਦਾ ਮੁਕਾਬਲਾ ਹੁੰਦਾ ਉੱਥੇ ਪਹਿਲਾਂ ਗੁਰਦੁਆਰੇ ਸਾਹਿਬ ਵੀ ਬਣਾਏ ਗਏ ਜੋ ਕਿ ਪੰਜਾਬ ਪੁਲਿਸ ਨੇ ਜਿਹੜੇ ਸੀ ਉੱਥੋਂ ਉਹ ਗੁਰਦੁਆਰੇ ਸਾਹਿਬ ਵੀ ਜਿਹੜੇ ਨਿਸ਼ਾਨ ਸਾਹਿਬ ਲਾਏ ਗਏ ਵੀ ਪੁੱਟ ਦਿੱਤੇ ਸੀਗੇ ਇੱਕ ਇੱਕ ਤਿੰਨ ਸਿੰਘ ਬੱਬਰ ਖਾਲਸਾ ਦੇ ਸ਼ਹੀਦ ਹੁੰਦੇ ਨੇ ਇੱਕ ਘਰ ਦੇ ਵਿੱਚ ਪਿੰਡ ਭੀਲੋਵਾਲ ਭਾਈ ਰਣਜੀਤ ਸਿੰਘ ਬੱਬਰ ਉਹਨਾਂ ਦੇ ਘਰੇ ਜੋ ਕਿ ਖੁਦ ਵੀ ਜਾਮੇ ਸ਼ਹਾਦਤ ਨੂੰ ਪੀ ਚੁੱਕੇ ਨੇ ਕਦੇ ਦਿਮਾਗ 'ਚ ਆਉਂਦਾ ਸੋਚਦੇ ਹੋ ਮਾਤਾ ਜੀ ਤੁਸੀਂ ਬਈ ਇੱਕ ਤਾਂ ਮੇਰਾ ਦਿਓਰ ਸ਼ਹੀਦ ਇੱਕ ਮੇਰੇ ਘਰ ਦੇ ਵਿੱਚ ਤਿੰਨ ਸਿੰਘ ਸ਼ਹੀਦ ਉਹ ਵੀ ਚੋਟੀ ਤੇ ਬੱਬਰ ਖਾਲਸਾ ਦੇ ਬੜੇ ਘਾਟੇ ਆ ਵਾਹਿਗੁਰੂ ਬੜੇ ਘਾਟੇ ਆ ਪਰ ਕੁਛ ਕਰ ਨਹੀਂ ਨਾ ਸਕੇ ਆਪਾਂ ਨਹੀਂ ਉਸ ਤੋਂ ਬਾਅਦ 87 ਤੋਂ ਲੈ ਕੇ ਹੁਣ 2021 ਹੋ ਗਿਆ 13 ਸਾਲ 34 ਸਾਲ ਤਾਂ ਉਹ ਹੋ ਗਏ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਹੋਇਆ ਬੱਬਰ ਨੂੰ ਸ਼ਹੀਦ ਹੋਇਆ ਭਾਈ ਗੁਰਮੇਲ ਸਿੰਘ ਦੀ ਜਿਹੜੀ ਸ਼ਹੀਦੀ ਆ ਉਹ 92 'ਚ ਹੋ ਜਾਂਦੀ ਆ 29 ਸਾਲ ਉਹ ਹੋ ਗਏ ਇਹਨਾਂ 34 ਸਾਲ ਔਰ ਜਿਹੜੇ ਆ ਬਾਕੀ ਦੇ ਸਾਲ ਨੇ 29 ਕੋਈ ਜਥੇਬੰਦੀ ਤੁਹਾਡੇ ਘਰ ਪਹੁੰਚੀ ਕਿਸੇ ਨੇ ਸਾਰ ਲਈ ਕੋਈ ਮਦਦ ਕੀਤੀ ਕਿਸੇ ਤਰ੍ਹਾਂ ਨਹੀਂ ਨਹੀਂ ਸਾਡੀ ਕੋਈ ਮਦਦ ਨਹੀਂ ਕਿਸੇ ਨੇ ਨਹੀਂ ਕੀਤੀ ਵਾਹਿਗੁਰੂ ਮਾਤਾ ਦੀ ਕਿਸੇ ਪਾਸੋਂ ਕੋਈ ਮਦਦ ਨਹੀਂ ਹੋਈ ਨਹੀਂ ਨਹੀਂ ਸਾਡੀ ਨਹੀਂ ਕੋਈ ਹੋਈ ਮਾਤਾ ਦਾ 2000 ਰੁਪਈਆ ਮੇਰਾ ਖਿਆਲ 6 ਮਹੀਨੇ ਦੇ ਕੇ ਜਾਂਦੇ ਹੁੰਦੇ ਸੀ ਮਾਤਾ ਸਾਡੀ ਮੇਰੀ ਸੱਸ ਨੂੰ ਅਤੇ ਹੋਰ ਮੈਨੂੰ ਵਾਹਿਗੁਰੂ ਮੈਂ ਐਵੇਂ ਝੂਠ ਮਾਰੀ ਜਾਵਾਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਵੀ ਕੀ ਆਉਂਦੇ ਹੁੰਦੇ ਸੀ ਇੱਕ ਵਾਰੀ ਕੰਬਲ ਵੀ ਦੇ ਕੇ ਗਏ ਮਾਤਾ ਨੂੰ ਲੋਹੜੀ 'ਤੇ ਇੱਕ ਕੰਬਲ ਮਤਲਬ ਜਿਸ ਘਰ ਦੇ ਵਿੱਚ ਮੁਕਾਬਲਾ ਹੋਇਆ ਉਸ ਘਰ ਨੂੰ ਵੀ ਕਿਸੇ ਜਥੇਬੰਦੀ ਨੇ ਕਿਸੇ ਸੰਸਥਾ ਨੇ ਬਣਾਇਆ ਨਹੀਂ ਨਾ ਨਾ ਸਾਡੇ ਹੋਰ ਨਹੀਂ ਕੋਈ ਵੀ ਸਾਡੀ ਉਹ ਘਰ ਹੁਣ ਜਿਹੜਾ ਬਣ ਰਿਹਾ ਤੁਹਾਡਾ ਮੈਂ ਦੇਖ ਕੇ ਆਇਆ ਜਿੱਥੇ ਮੁਕਾਬਲਾ ਹੋਇਆ ਮੈਂ ਸੰਗਤਾਂ ਨੂੰ ਵੀ ਉਸ ਘਰ ਦੇ ਦਰਸ਼ਨ ਕਰਾਊਂਗਾ ਇਹ ਜਿਸ ਘਰ ਵਿੱਚ ਅਸੀਂ ਬੈਠੇ ਹਾਂ ਇਹ ਪਿੰਡ ਭੀਲੋਵਾਲ ਦਾ ਦੇ ਕੋਈ ਸਰਪੰਚ ਸਾਹਿਬ ਦਾ ਘਰ ਆ ਸਾਬਕਾ ਸਰਪੰਚ ਦਾ ਉਹ ਉਹਨਾਂ ਦੇ ਘਰੇ ਮਾਤਾ ਜੀ ਹੁਣੀ ਰਹਿੰਦੇ ਨੇ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਦਾ ਪਰਿਵਾਰ ਇੱਥੇ ਰਹਿੰਦਾ ਉਹਦਾ ਰਹਿਣ ਦਾ ਕਾਰਨ ਆ ਵੀ ਤੁਸੀਂ ਇਸ ਘਰ ਨੂੰ ਸਾਂਭ ਸੰਭਾਲ ਕਰਦੇ ਹੋ ਇਸ ਘਰ ਇਸ ਕਰਕੇ ਰਹਿੰਦੇ ਹੋ ਪਰ ਤੁਹਾਡਾ ਅਸਲ ਘਰ ਉਹ ਜਿੱਥੇ ਮੁਕਾਬਲਾ ਹੋਇਆ ਸੀ ਉਹ ਵੀ ਮੈਂ ਦਰਸ਼ਨ ਕਰਾਊਂਗਾ ਸੰਗਤ ਨੂੰ ਜ਼ਰੂਰ ਫਿਰ ਯਾਦ ਕਰ ਲਓ ਮਾਤਾ ਜੀ ਕੋਈ ਮਦਦ ਕਿਸੇ ਪਾਸਿਓਂ ਆਈ ਹੋਵੇ ਕਿਸੇ ਨੇ ਕੋਈ ਮਦਦ ਕੀਤੀ ਆਪਾਂ ਨੂੰ ਤੇ 5 ਪੈਸਿਆਂ ਦੀ ਵੀ ਕਸਮ ਆ ਨਹੀਂ ਤੁਸੀਂ ਸੱਚ ਬੋਲ ਰਹੇ ਹੋ ਮੈਂ ਸਮਝ ਰਿਹਾ ਤੁਹਾਡੀ ਗੱਲ ਸਾਡਾ ਪੁੱਛਣ ਦਾ ਫਰਜ਼ ਇਹ ਹੁੰਦਾ ਕਈ ਦਫਾ ਨਾ ਵਿਸਰ ਜਾਂਦੀ ਹੈ ਗੱਲ ਅਤੇ ਫਿਰ ਉਹ ਸਾਹਮਣੇ ਵਾਲਾ ਜਿਹੜਾ ਹੈਗਾ ਦੇਖਣ ਵਾਲਾ ਉਹ ਕਈ ਦਫ਼ੇ ਕਮੈਂਟ ਕਰ ਦਿੰਦੇ ਨੇ ਵੀ ਹਾਂ ਅਸੀਂ ਮਦਦ ਕੀਤੀ ਹੈ ਮੈਂ ਇਸ ਕਰਕੇ ਤੁਹਾਨੂੰ ਦੁਬਾਰਾ ਪੁੱਛਿਆ ਮੇਰਾ ਮਤਲਬ ਮਕਸਦ ਇਹ ਸੀ ਤੁਹਾਨੂੰ ਦੁਬਾਰਾ ਪੁੱਛਣ ਦਾ ਇੱਕ ਵਾਰੀ ਨਕੋਦਰ ਵੱਲੋਂ ਆਏ ਤੁਹਾਨੂੰ ਮੈਂ ਦੱਸਾਂ ਗੱਲ ਵੀ ਜਿਹੜੀ ਮਦਦ ਆਉਂਦੇ ਤੁਸੀਂ ਆਪਾਂ ਤਾਂ 5 ਰੁਪਈਆਂ ਦੇ ਵੀ ਕਿਸੇ ਦੇ ਰਵਾਦਾਰ ਨਹੀਂ ਇੱਕ 50 ਰੁਪਈਆਂ ਦੀ ਮੈਂ ਤੁਹਾਨੂੰ ਗੱਲ ਦੱਸਣ ਲੱਗੀ ਹਾਂ ਨਕੋਦਰ ਤੋਂ ਆਇਆ ਜਸਾ ਵਾਹਵਾ 5-7 ਜਣੇ ਸੀ ਸਿੰਘ ਆਏ ਅਤੇ ਸਾਡੀ ਦੁਕਾਨ ਹੁੰਦੀ ਤੁਹਾਨੂੰ ਦੱਸਿਆ ਨਾ ਅਤੇ ਕਹਿੰਦੇ ਮੈਨੂੰ ਵੀ ਮਾਤਾ ਜੀ ਠੰਡੇ ਹੈਗੇ ਮੈਂ ਕਿਹਾ ਹੈਗੇ ਆ ਬਰਫ਼ ਵੀ ਹੈਗੀ ਆ ਉਦੋਂ ਫਰਿੱਜਾਂ ਵੀ ਘੱਟ ਹੀ ਹੁੰਦੀਆਂ ਸੀ ਵਾਹਿਗੁਰੂ ਹੋਣੀ ਆ ਚੱਲ ਪਏ ਇੰਨੇ ਛੋਟੇ ਉਦੋਂ ਤਾਂ ਮੋਲੀ ਬਰਫ਼ ਲਈ ਦੀ ਬਿਲਕੁਲ ਉਹਨਾਂ ਨੇ ਨਾ ਉਹਨਾਂ ਨੇ ਸਾਰਿਆਂ ਨੇ ਹਥਿਆਰ ਪਾਏ ਅਤੇ ਮੈਂ ਉਹਨਾਂ ਨੂੰ ਕਿਹਾ ਸ਼ਾਮਾਂ ਦਾ ਟਾਈਮ 7 ਦਾ ਅਤੇ ਮੈਂ ਉਹਨਾਂ ਨੂੰ ਕਿਹਾ ਮੇਰਾ ਆਦਮੀ ਜਿਹੜਾ ਡਰਾਈਵਰੀ ਕਰਦਾ ਹੁੰਦਾ ਸੀ ਇਹ ਕੁਹਾਟੀ ਵੱਲ ਗਏ ਸੀ ਜਦੋਂ ਮੁਕਾਬਲਾ ਆਇਆ ਉਹ ਵੀ ਉਹਨੂੰ ਵੀ ਕੁਹਾਟੀ ਵੱਲ ਸੀ ਜੇ ਉਹ ਮੈਨੂੰ ਆਉਂਦੇ ਵੀ ਮਾਤਾ ਜੀ ਹੈਗੇ ਠੰਡੇ ਮੈਂ ਕਿਹਾ ਹੈਗੇ ਆ ਅਤੇ ਆਉਂਦੇ ਸਾਨੂੰ ਨਾ 7 ਬੋਤਲਾਂ ਆਖਿਆ ਕਿ 8 ਪਾ ਦਿਓ ਵੀ ਠੰਡੀਆਂ ਕਰ ਦਿਓ ਮੈਂ ਬਾਲਟੀ ਵਿੱਚ ਪਾ ਕੇ ਅਤੇ ਮੈਂ ਮੁੜ ਕੇ ਉਹਨਾਂ ਨੂੰ ਕਿਹਾ ਵੀ ਗਾਂਹ ਲੰਘ ਆਓ ਤੁਸੀਂ ਵੀਰ ਜੀ ਵੀ ਬਹਿ ਕੇ ਪੀ ਲਓ ਉਹ ਜਦੋਂ ਗਾਂਹ ਲੰਘੇ ਨਾ ਰਣਜੀਤ ਸਿੰਘ ਬੱਬਰ ਦੀ ਉਦੋਂ ਸ਼ਹੀਦ ਹੋ ਗਿਆ ਸੀ ਰਣਜੀਤ ਸਿੰਘ ਅਤੇ ਉਹਦੀ ਫੋਟੋ ਲੱਗੀ ਨਹੀਂ ਸੱਚ ਸ਼ਹੀਦ ਨਹੀਂ ਹੋਇਆ ਉਸ ਤਰ੍ਹਾਂ ਉਹਦੀ ਫੋਟੋ ਸੀ ਅਤੇ ਉਹ ਵੀ ਕਿਤੇ ਗਿਆ ਹੀ ਸੀ ਘਰ ਨਹੀਂ ਸੀ ਹੈਗਾ ਅਤੇ ਆਉਂਦੇ ਉਹ ਫੋਟੋ ਵੇਖ ਕੇ ਅਤੇ ਆਉਂਦੇ
ਰਣਜੀਤ ਸਿੰਘ ਬੱਬਰ ਦੀ ਫੋਟੋ ਮਾਤਾ ਜੀ ਤੁਹਾਡੇ ਘਰ ਕਿਤਨਾ ਆਈ ਹੈ। ਮੈਂ ਕਿਹਾ ਇਹ ਸਾਡਾ ਵਾ, ਮੈਂ ਕਿਹਾ ਰਣਜੀਤ ਸਿੰਘ ਆਉਂਦਾ, ਤੁਹਾਡਾ ਕੀ ਲੱਗਦਾ? ਮੈਂ ਕਿਹਾ ਮੇਰਾ ਦੇਰ ਲੱਗਦਾ। ਅਤੇ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਸੀ ਵਾਹਿਗੁਰੂ, ਮੈਂ ਐਵੇਂ ਆਖੀ ਜਾਵਾਂ, ਹੁਣ ਲੱਗੇ ਮੁੰਡੇ ਵਿਚਾਰੇ ਬਣਾਉਣ। ਅਤੇ ਆਉਂਦੇ ਰਣਜੀਤ ਸਿੰਘ ਬੱਬਰ ਦਾ ਇਹੋ ਘਰ ਵਾ, ਸੱਚੀ ਪੱਕਾ ਇਹੋ ਘਰ? ਮੈਂ ਕਿਹਾ ਬਿਲਕੁਲ ਵੀਰ ਜੀ, ਇਹੋ ਘਰ ਵਾ। ਅਤੇ ਆਉਂਦੇ ਉਹਨਾਂ ਦਾ ਬੱਚਾ, ਮੈਂ ਕਿਹਾ ਉਹਨਾਂ ਦਾ ਬੱਚਾ ਨਹੀਂ ਕੋਈ ਵੀ? ਅਤੇ ਆਉਂਦੇ ਫਿਰ ਮੇਰਾ ਨਾ ਛੋਟਾ ਕਾਕਾ ਜਿਹੜਾ ਉਹਨੂੰ ਹੈਗਾ ਸੀ ਕੋਈ 1.5 ਸਾਲ ਦਾ। ਅਤੇ ਮੈਂ ਕਿਹਾ ਉਹਨਾਂ ਨੇ ਆਹ ਕਾਕਾ ਜਿਹੜਾ ਵਾ ਨਾ, ਇਹ ਉਹਨੇ ਮੱਲਿਆ ਵਾ, ਹੁਣ ਉਹ ਤਰ੍ਹਾਂ ਸਿੰਘਾਂ ਨੂੰ ਆਖਣਾ ਵੀ ਭਾਬੀ ਆਉਂਦੀ ਹੁੰਦੀ ਆ ਵੀ ਇਹ ਰਣਜੀਤ ਦਾ ਕਾਕਾ ਵਾ, ਅਤੇ ਇਹ ਉਹਨੇ ਮੱਲਿਆ ਵਾ, ਅਤੇ ਹੁਣ ਆਉਂਦਾ ਮੈਂ ਖੰਡ ਪਾਠ ਕਰਾ ਕੇ ਅਤੇ ਮੈਂ ਝੋਲੀ ਪਵਾਉਣਾ ਵਾ। ਅਤੇ ਲਓ ਵਾਹਿਗੁਰੂ, ਉਹ 50 ਰੁਪਈਏ ਮੇਰੇ ਬੱਚੇ ਨੂੰ ਦੇ ਕੇ ਗਏ ਆ ਨਕੋਦਰ ਦੇ ਸਿੰਘ। ਹੋਰ ਅਸੀਂ ਵਾਹਿਗੁਰੂ ਮਹਾਰਾਜਾਂ ਦਾ, ਅਸੀਂ ਨਹੀਂ ਕਿਸੇ ਗੱਲ ਦੇ ਵਿੱਚ ਵੀ ਹੈਗੇ, ਅਸੀਂ ਐਵੇਂ ਆਖੀਏ। ਉਹਨਾਂ 50 ਰੁਪਈਆਂ ਦੀ ਮੈਂ ਸੌਂ ਨਹੀਂ ਦਿੰਦੀ, ਬਸ ਹੋਰ ਨਹੀਂ। ਅਸੀਂ ਸਾਡੀ ਨਹੀਂ ਕਿਸੇ ਨੇ ਮਦਦ ਕੀਤੀ, ਸਾਨੂੰ ਕਿਸੇ ਨੇ ਆ ਕੇ ਪੁੱਛਿਆ ਵੀ ਨਹੀਂ ਵੀ ਤੁਹਾਡਾ ਕੀ ਹਾਲਾਤ ਹੈ। ਮੇਰਾ ਬੰਦਾ ਸਾਲ ਸਾਲ 2-2 ਸਾਲ 1.5-1.5 ਸਾਲ ਵੀ ਰਹਿੰਦਾ ਰਿਹਾ ਵਾ ਥਾਣੇ 'ਚ, ਕੋਈ ਮੁਲਾਕਾਤ 'ਤੇ ਨਹੀਂ ਗਿਆ। ਹੋਰ ਤਾਂ ਗੱਲਾਂ ਹੀ ਛੱਡੋ, ਤੁਸੀਂ ਮੈਂ ਜਿੰਨੇ ਵਕਤ ਵੇਖਿਆ ਨਾ, ਉਹ ਮੈਂ ਹੀ ਸਗੀ ਮਾਂ ਵੀ ਨਹੀਂ ਜਾਂਦੀ ਜੇ ਫਿਰ ਪੁੱਛਦੇ ਜੇ ਮੈਂ ਜਿਸ ਤਰ੍ਹਾਂ ਘਰ ਵਿੱਚ। ਪਰ ਮੈਨੂੰ ਹੁਣ ਮਹਾਰਾਜ ਨੇ, ਚਲੋ ਮੇਰੇ ਬੱਚੇ ਜਵਾਨ ਹੋਏ, ਸਭ ਕੁਛ ਠੀਕ ਆ, ਪਰ ਮੈਂ ਤੰਗੀਆਂ ਬੜੀਆਂ ਵੇਖੀਆਂ ਰਣਜੀਤ ਪਿੱਛੇ। ਪਰ ਚਲੋ ਕੋਈ ਗੱਲ ਨਹੀਂ, ਸੱਚੇ ਪਾਤਸ਼ਾਹ ਤੁਸੀਂ ਸ਼ਹੀਦ ਦੀ ਭਰਜਾਈ ਹੋ, ਹੌਸਲਾ ਰੱਖੋ। ਅੱਖਾਂ ਚੋਂ ਨੀਰ ਦਾ ਵਗਣਾ ਸੁਭਾਵਿਕ ਹੈ, ਕਿਉਂਕਿ ਅਸੀਂ ਇਨਸਾਨ ਹਾਂ। ਪਰ ਚੰਗਾ ਬਹੁਤ ਹੁੰਦਾ ਸੀ ਵਾਹਿਗੁਰੂ, ਪਰ ਚਲੋ ਉਹ ਵੀ ਅੱਜ ਸਾਡੇ ਹੁੰਦਾ ਬਰਾਬਰ ਹੁੰਦਾ। ਅਸੀਂ ਮੈਂ ਨਹੀਂ, ਮੈਂ ਪੈਸੇ ਪੂਸੇ ਨੂੰ ਕੁਛ ਨਹੀਂ ਜਾਣਦੀ ਵਾਹਿਗੁਰੂ, ਮੈਂ ਭੈਣ ਭਰਾਵਾਂ ਦੀ ਲੋੜ ਹੁੰਦੀ, ਭੈਣ ਭਰਾ ਚਾਹੀਦੇ। ਹੁਣ ਜਿਹੜਾ ਘਰ ਪੈ ਰਿਹਾ ਉਹ ਬੱਚਿਆਂ ਦੀ ਜਿਹੜੀ ਕਿਰਤ ਕਮਾਈ ਵਿੱਚ ਵੀ ਪੈ ਰਿਹਾ ਸਾਰਾ? ਹਾਂਜੀ ਹਾਂਜੀ, ਉਹ ਵੀ ਛੋਟਾ ਜਿਹਾ ਘਰ ਆ ਤੁਹਾਡਾ? ਹਾਂਜੀ ਹਾਂਜੀ ਹਾਂਜੀ, ਉੱਥੇ ਪੂਰਾ ਡਰਾਈਵਰੀ ਕਰਦੇ ਮੇਰੇ ਬੱਚੇ, ਪੂਰਾ ਪਰਿਵਾਰ ਤਾਂ ਸ਼ਾਇਦ ਉੱਥੇ ਮੇਰੇ ਖਿਆਲ ਰਹਿ ਨਹੀਂ ਸਕਦਾ, ਹੈ ਨਾ? ਨਹੀਂ, ਸਾਰਾ ਪਰਿਵਾਰ ਥੋੜ੍ਹਾ ਰਹਿ ਸਕਦਾ, ਘਰ ਛੋਟਾ ਨਾ। ਅਤੇ ਉਹ ਇੱਕ ਕਾਕਾ ਚਲੇ ਗਿਆ ਨਾ, ਤੁਹਾਨੂੰ ਦੱਸਿਆ ਕਿਰਾਏ 'ਤੇ। ਸੋ ਇਹ ਇੱਕ ਸ਼ਹੀਦ ਪਰਿਵਾਰ ਦੀ ਦਾਸਤਾਨ, ਦਰਦ ਦੁੱਖ ਅੰਦਰਲੇ ਬਲਬਲੇ, ਮਤਲਬ ਪਰਿਵਾਰ ਜਿਹੜਾ ਹੈ, ਇਸ ਪਰਿਵਾਰ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ। ਤਕਰੀਬਨ 34 ਸਾਲ ਦਾ ਸਮਾਂ ਹੋ ਚੁੱਕਿਆ। 29 ਸਾਲ ਪਹਿਲਾਂ ਸ਼ਹੀਦ ਭਾਈ ਰਣਜੀਤ ਸਿੰਘ ਬੱਬਰ ਦੇ ਘਰ ਹੀ ਭਾਈ ਗੁਰਮੇਜ ਸਿੰਘ ਬੱਬਰ ਉਹਨਾਂ ਦਾ ਮੁਕਾਬਲਾ ਹੋ ਜਾਂਦਾ, ਦੋ ਸਿੰਘ ਉੱਥੇ ਨਾਲ ਹੋਰ ਸ਼ਹੀਦ ਹੋ ਜਾਂਦੇ ਨੇ। ਸੋ ਇੱਕ ਘਰ ਦੇ ਵਿੱਚ ਘੰਟਿਆਂ ਬੱਧੀ ਮੁਕਾਬਲਾ ਚੱਲਿਆ ਪਿੰਡ ਭੀਲੋਵਾਲ, ਭਾਈ ਰਣਜੀਤ ਸਿੰਘ ਬੱਬਰ ਦੇ ਘਰ। ਨਾ ਪਰਿਵਾਰ ਦੀ ਸਾਰ ਲਈ ਕਿਸੇ ਨੇ ਅੱਜ ਤੱਕ, ਨਾ ਕੋਈ ਮੀਡੀਆ, ਕੋਈ ਚੈਨਲ ਹੀ ਇਸ ਪਰਿਵਾਰ ਤੱਕ ਕਿਸੇ ਨੇ ਪਹੁੰਚ ਕੀਤੀ। ਗੁਰਬਾਣੀ ਅਖੰਡ ਬਾਣੀ ਪਹਿਲਾ ਚੈਨਲ ਹੈ ਜਿਹੜਾ ਇਸ ਪਰਿਵਾਰ ਤੱਕ ਪਹੁੰਚਿਆ, ਜਿਹਨੇ ਪਹੁੰਚ ਕੀਤੀ ਉਹ ਵੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਦੀ ਪ੍ਰੇਰਨਾ ਸਦਕਾ ਅਸੀਂ ਇਸ ਘਰ ਤੱਕ ਪਹੁੰਚੇ ਹਾਂ, ਇਸ ਪਿੰਡ ਤੱਕ ਪਹੁੰਚੇ ਹਾਂ। ਅੱਜ ਤੱਕ ਕੋਈ ਜਥੇਬੰਦੀ, ਕਿਸੇ ਪੰਥਕ ਨੁਮਾਇੰਦਾ ਜਮਾਤ ਦਾ ਕੋਈ ਵੀ ਪ੍ਰਧਾਨ, ਕੋਈ ਵੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨੇ ਆ ਕੇ ਇਸ ਪਰਿਵਾਰ ਦੀ ਸਾਰ ਨਹੀਂ ਲਈ। 1 ਰੁਪਈਆ ਵੀ ਮਦਦ ਇਸ ਪਰਿਵਾਰ ਦੀ ਨਹੀਂ ਹੋਈ ਕਿਸੇ ਪਾਸਿਓਂ ਵੀ। ਇਸ ਪਰਿਵਾਰ ਨੇ ਮਦਦ ਦੇ ਲਈ ਕਿਸੇ ਅੱਗੇ ਗੁਹਾਰ ਨਹੀਂ ਲਾਈ, ਅਤੇ ਨਾ ਸ਼ਹੀਦਾਂ ਦੇ ਪਰਿਵਾਰ ਲਗਾਉਂਦੇ ਨੇ। ਪਰ ਇੱਕ ਫਰਜ਼ ਹੈ, ਇੱਕ ਜ਼ਿੰਮੇਵਾਰੀ ਹੈ ਸਾਡੀ ਤੁਹਾਡੀ ਸਭ ਦੀ, ਔਰ ਉਹ ਧਰਮ ਦੇ ਬਣੇ ਹੋਏ ਜਿਹੜੇ ਠੇਕੇਦਾਰ ਨੇ ਉਹਨਾਂ ਦੀ, ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ, ਜਿਹੜੀਆਂ ਸ਼ਹੀਦ ਪਰਿਵਾਰਾਂ ਦੀ ਸੇਵਾ ਸੰਭਾਲ ਕਰ ਰਹੀਆਂ ਨੇ, ਬਹੁਤ ਵੱਡੇ ਪੱਧਰ 'ਤੇ ਵੀ ਕਰ ਰਹੀਆਂ ਨੇ, ਇਸ ਗੱਲ ਤੋਂ ਵੀ ਅਸੀਂ ਇਨਕਾਰੀ ਨਹੀਂ। ਪਰ 34 ਸਾਲਾਂ ਤੋਂ ਇੱਕ ਐਸਾ ਪਰਿਵਾਰ ਵੀ ਅੱਜ ਤੁਹਾਡੇ ਰੂਬਰੂ ਕੀਤਾ ਅਸਾਂ ਗੁਰਬਾਣੀ ਅਖੰਡ ਬਾਣੀ ਚੈਨਲ ਰਾਹੀਂ, ਕਿ ਜਿਸ ਪਰਿਵਾਰ ਤੱਕ 1 ਰੁਪਈਆ ਵੀ ਮਦਦ ਅੱਜ ਤੱਕ ਨਹੀਂ ਆਈ, ਉਹਦੀ ਗਵਾਹੀ ਭਾਈ ਰਣਜੀਤ ਸਿੰਘ ਬੱਬਰ ਦੀ ਭਰਜਾਈ ਬੀਬੀ ਤਸਵੀਰ ਕੌਰ ਜੀ ਨੇ ਦੇ ਦਿੱਤੀ ਹੈ। ਐਸਾ ਕਿਉਂ ਕਿਉਂ ਹੁੰਦਾ ਹੈ ਇੰਜ? 34-34 ਸਾਲਾਂ ਤੋਂ, 21-21 ਸਾਲਾਂ ਤੋਂ, 29-29 ਸਾਲਾਂ ਤੋਂ, 30-30 ਸਾਲਾਂ ਤੋਂ ਸ਼ਹੀਦ ਪਰਿਵਾਰਾਂ ਨੇ ਤੰਗੀਆਂ ਤੁਰਸ਼ੀਆਂ ਕੱਟੀਆਂ ਆਪਣੇ ਉੱਪਰ, ਜ਼ੁਲਮੋ ਸਿਤਮ ਪੰਜਾਬ ਪੁਲਿਸ ਦਾ ਉਹਨਾਂ ਨੇ ਜਿਹੜਾ ਸੀ ਸਹਿਆ, ਜੋ ਟੋਰਚਰ, ਜੋ ਤਸ਼ੱਦਦ ਪੰਜਾਬ ਪੁਲਿਸ ਨੇ ਕੀਤਾ, ਜਾਂ
उस वक्त की हकूमत ने किया, केंद्र सरकार ने किया। बहुत परिवार ऐसे ने जिहड़े अज भी अणगौले ने, और यतन करांगे आने वाले दिनों विच कि ऐसे होर परिवार जिन्हां दी गिणती एक जां दो नहीं सैकड़ियां दे विच है तुहाडे रूबरू करांगे। सो बीबी जी अखीर विच कुछ होर कहना चाहुंदे हो? संगत तुहानूं देख रही है, सुन रही है इस वक्त। वाहगुरू की कहना ही, चलो ठीक है, जो कुछ आ जो साडे ते बनिया ठीक है, चलिया गया, वाहगुरू जो करदा। तेरा की आ मीठा लग है उस सिद्धांत ते परिवार पहरा दे रहा है, पर पंथ का भी कुछ फर्ज़ है, सिख संगत का भी फर्ज़ है। NIRI वीर अगे, तमाम देश विदेश दियां संगतां अगे असी अपने चैनल वालों हाथ जोड़ के बेनती करते हैं कि इहोजे परिवारां दी सार संभाल दा जिम्मा तुसीं जरूर चुको, जिहड़े शहीद परिवार अज भी अणगौले ने। बीबी जी अखीर विच तुसीं अपना तुहाडा कोई मोबाइल नंबर है जिहड़ा आपां संगत नूं दे दईए ते संगत तुहाडे नाल सीधा संपर्क करे? कितना नंबर है तुहाडा? अपना नंबर लिखावांगे काके? नहीं, तुसीं अपना नंबर लिखाओ। मेरा 95921 51187। 95921 51187। माता जी दोबारा फिर दसो नंबर। 95921 51187। ये शहीद भाई रणजीत सिंह बब्बर जी की जिहड़ी सकी भरजाई है बीबी तस्वीर कौर जी, उन्हों का यह नंबर है। किसी ने भी देश विदेश तो तुहाडे विचों इस परिवार की मदद करनी होवे किसी भी तरह की, तुसीं सीधा राबता इस परिवार के नाल इस फोन पर संपर्क कर सकते हो। सो बीबी जी बहुत बहुत धन्यवाद तुहाडा। अखीर विच वाहिगुरू जी का खालसा, वाहिगुरू जी की फतेह।